ਕਿਤੇ ਡਾਲਰਾਂ ਦੀ ਮਹਿਕ ਚ ਨਾ ਗਵਾਜੇ ਪੰਜਾਬੀ ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰਾਬੀ ਜਿੱਥੇ ਭਰੇ ਕੋਈ ਹੁੰਗਾਰਾ ਉੱਥੇ ਬਾਤ ਖੋਲੀ ਦੀ ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ ਪੰਜਾਬੀ ਬੋਲੀ ਦੀ ਗੱਲ ਪੰਜਾਬੀ ਦੇ ਵਿੱਚ ਅਤੇ ਪੰਜਾਬੀਆਂ ਦੇ ਨਾਲ ਕਰਨ ਵਾਸਤੇ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਦੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ। ਅੱਜ ਦਾ ਸ਼ੋਅ ਸਾਡੇ ਦਰਸ਼ਕਾਂ ਵਾਸਤੇ ਬੜਾ ਖਾਸ ਹੋਏਗਾ, ਘਰਾਂ ਵਿੱਚ ਬੈਠੇ ਜਿੰਨੇ ਵੀ ਦਰਸ਼ਕ ਨੇ, ਬੇਸ਼ੱਕ ਰਿਕਾਰਡਡ ਸ਼ੋਅ ਹੁੰਦਾ ਜਦੋਂ ਉਦੋਂ ਵੀ ਮੇਰੀ ਕੋਸ਼ਿਸ਼ ਪੂਰੀ ਹੁੰਦੀ ਹੈ ਵੀ ਘਰਾਂ ਵਿੱਚ ਬੈਠੇ ਦਰਸ਼ਕ ਜਿਹੜੇ ਇੱਕ ਘੰਟਾ ਜੁੜਦੇ ਨੇ ਸਾਡੇ ਨਾਲ ਉਹ ਉਹਨਾਂ ਨੂੰ ਪੂਰਾ ਆਨੰਦ ਆਵੇ, ਉਹ ਪੂਰੇ ਨਾਲ ਪ੍ਰੋਗਰਾਮ ਦੇ ਜੁੜਨ ਅਤੇ ਪ੍ਰੋਗਰਾਮ ਨੂੰ ਪੂਰੇ ਨੂੰ ਦੇਖਣ। ਸੋ ਅੱਜ ਦਾ ਪ੍ਰੋਗਰਾਮ ਵੀ ਇਸੇ ਤਰ੍ਹਾਂ ਦਾ ਹੋਏਗਾ। ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਕੋਵਿਡ ਦੇ ਲਗਭਗ ਡੇਢ ਪੌਣੇ ਦੇ ਦੋ ਸਾਲ ਤੋਂ ਬਾਅਦ ਹੁਣ ਥੋੜ੍ਹੀ ਥੋੜ੍ਹੀ ਜਿਹੜੀ ਰੌਣਕਾਂ ਪਰਤੀਆਂ ਨੇ ਬਾਜ਼ਾਰ ਦੇ ਵਿੱਚ, ਬੜੀ ਖੁਸ਼ੀ ਦੀ ਗੱਲ ਹੈ। ਔਰ ਜਾਈ ਆਈ ਦਾ ਕਿਤੇ ਤਾਂ ਹੁਣ ਥੋੜ੍ਹਾ ਥੋੜ੍ਹਾ ਲੋਕ ਜਿਹੜੇ ਹੈਗੇ ਨੇ ਅੱਗੇ ਦੂਰੋਂ ਹੀ ਸਤਿ ਸ਼੍ਰੀ ਅਕਾਲ ਕਰਦੇ ਹੁੰਦੇ ਸੀ, ਤੁਹਾਨੂੰ ਹੱਥ ਮਿਲਾ ਕੇ ਜੱਫੀ ਜੁੱਫੀ ਪਾਉਣ ਲੱਗ ਪਏ, ਕਿਉਂਕਿ ਵੈਕਸੀਨ ਜਿਹਨਾਂ ਲਵਾ ਲਈ ਆ ਉਹਨਾਂ ਨੂੰ ਖਤਰਾ ਬਹੁਤ ਘੱਟ ਗਿਆ। ਸੋ ਸਭ ਤੋਂ ਪਹਿਲਾਂ ਅਸੀਂ ਇਹੀ ਬੇਨਤੀ ਕਰਦੇ ਹੁੰਦੇ ਵੀ ਜਿਹੜਾ ਵੈਕਸੀਨ ਨਹੀਂ ਲਵਾਈ ਉਹ ਵੈਕਸੀਨ ਜ਼ਰੂਰ ਲਵਾਓ ਤਾਂ ਕਿ ਅਸੀਂ ਦੁਬਾਰਾ ਫਿਰ ਉਸੇ ਤਰ੍ਹਾਂ ਮੇਲੇ ਆਪਾਂ ਕਰ ਸਕੀਏ। ਮੇਲਿਆਂ ਦੀ ਗੱਲ ਕਰੀਏ ਜਾਂ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ, ਦੋਨੋਂ ਤਕਰੀਬਨ ਨੇੜੇ ਨੇੜੇ ਹੀ ਆ। ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਤਾਂ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਵਾਸਤੇ, ਪ੍ਰਫੁੱਲਤ ਕਰਨ ਵਾਸਤੇ ਸਾਡੇ ਬਹੁਤ ਸਾਰੇ ਲੋਕ, ਸੰਸਥਾਵਾਂ, ਗਾਇਕ, ਕਲਾਕਾਰ ਆਪੋ ਆਪਣੇ ਤੌਰ 'ਤੇ ਲੱਗੇ ਹੋਏ ਨੇ। ਅਤੇ ਗੱਲ ਕਰੀਏ ਮੇਲਿਆਂ ਦੀ, ਜਿਵੇਂ ਗੱਲ ਕੀਤੀ ਆ ਦੂਜੀ ਨਾਲ ਜੁੜਦੀ ਹੋਈ ਕਿ ਬਹੁਤ ਦੇਰ ਬਾਅਦ ਹੁਣ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹੋਣੇ ਸ਼ੁਰੂ ਹੋਏ ਆ ਜਿੱਥੇ ਅਸੀਂ ਮਿਲ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹਾਂ। ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ੁਰੂਆਤੀ ਅਨਾਊਂਸਮੈਂਟ ਜਿਹੜੀ ਆ, ਸਿਆਣੇ ਕਹਿੰਦੇ ਵੀ ਇੱਕ ਵਾਹਣ ਹੋਵੇ ਨਾ, ਵਾਹਣ ਕੋਈ ਖੇਤਾਂ ਦੇ ਵਿੱਚ ਅਤੇ ਉਹਦੇ ਵਿੱਚ ਦੀ ਪਹਿਲਾ ਗੱਡਾ ਕੱਢਣਾ ਔਖਾ ਹੁੰਦਾ ਹੈ। ਪਹਿਲਾ ਗੱਡਾ ਕੱਢ ਲਓ ਤਾਂ ਮਗਰ ਪਾਏ, ਚਾਹੇ ਪੈਸਾ ਬਣ ਜਾਂਦਾ, ਚਾਹੇ ਗੱਡੀਆਂ ਕੱਢੀ ਜਾਓ, ਚਾਹੇ ਜੋ ਮਰਜ਼ੀ ਕੱਢੀ ਜਾਓ। ਸੋ ਸ਼ੋਆਂ ਦੀ ਗੱਲ ਕਰੀਏ ਤਾਂ ਉਹਦੇ 'ਚ ਪਹਿਲਾ ਗੱਡਾ ਕੱਢਿਆ ਜਿਹੜਾ ਨੇ ਅਨਾਊਂਸਮੈਂਟ ਕੀਤੀ ਪਹਿਲੀ ਸਭ ਤੋਂ ਸ਼ੋਅ ਦੀ, ਉਹ ਹੈਗੇ ਨੇ ਇੱਥੇ 7 Star ਐਂਟਰਟੇਨਮੈਂਟ AD ਸੋਢੀ ਸਾਹਿਬ, ਬੜੇ ਲੰਬੇ ਸਮੇਂ ਤੋਂ ਪ੍ਰੋਗਰਾਮ ਕਰਾ ਰਹੇ ਨੇ। 777 ਐਂਟਰਟੇਨਮੈਂਟ ਜੀ, 777 ਐਂਟਰਟੇਨਮੈਂਟ ਦੀ ਗੱਲ ਕਰਦੇ, 777 ਐਂਟਰਟੇਨਮੈਂਟ ਜਿਹੜੀ ਹੈਗੀ ਹੈ AD ਸੋਢੀ ਸਾਹਿਬ ਦੀ, ਬੜੇ ਲੰਬੇ ਸਮੇਂ ਤੋਂ ਸ਼ੋਅ ਕਰਾ ਰਹੇ ਨੇ ਅਤੇ ਹੁਣ ਉਹਨਾਂ ਨੇ ਜਿਹੜਾ ਸ਼ੋਅ ਅਨਾਊਂਸ ਕੀਤਾ ਸੀ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਕਾਫੀ ਸ਼ੋਅ ਅਨਾਊਂਸ ਹੋ ਗਏ ਨੇ। ਸਭ ਤੋਂ ਪਹਿਲਾਂ ਇਹਨਾਂ ਨੇ ਅਨਾਊਂਸ ਕੀਤਾ ਸੀ ਸ਼ੋਅ ਜਿਹੜਾ ਸਤਿੰਦਰ ਸਰਤਾਜ ਦਾ 30 ਅਕਤੂਬਰ ਨੂੰ ਫਰੈਜ਼ਨੋ ਦੇ ਵਿੱਚ ਟਾਵਰ ਥੀਏਟਰ ਦੇ ਵਿੱਚ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਨੇ AD ਸੋਢੀ ਸਾਹਿਬ ਅਤੇ ਮੋਨਿਕਾ ਸੋਢੀ। ਇਹ ਜੋੜੀ ਤਕਰੀਬਨ ਜਿੰਨੇ ਕਲਾਕਾਰ ਨੇ ਵੱਡੇ ਤੋਂ ਵੱਡਾ, ਹਿੰਦੀ ਦਾ, ਬਾਲੀਵੁੱਡ ਦਾ, ਹਾਲੀਵੁੱਡ ਦਾ ਜਾਂ ਪੰਜਾਬ ਦੇ ਕਲਾਕਾਰ ਸਾਰੇ ਇਹਨਾਂ ਨੂੰ ਭਲੀ ਭਾਂਤ ਜਾਣਦੇ ਨੇ। ਬੜੇ ਲੰਬੇ ਸਮੇਂ ਤੋਂ ਇਹ ਜੋੜੀ ਜਿਹੜੀ ਹੈ ਸੱਭਿਆਚਾਰ ਦੇ ਖੇਤਰ ਵਿੱਚ, ਪ੍ਰੋਗਰਾਮਾਂ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਸੋ ਸਵਾਗਤ ਕਰਦੇ ਸਭ ਤੋਂ ਪਹਿਲਾਂ AD ਸੋਢੀ ਸਾਹਿਬ ਅਤੇ ਮੋਨਿਕਾ ਸੋਢੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਅਤੇ ਮੇਰਾ ਨਾਮ ਹੈ ਜੀ AD ਸੋਢੀ ਫਰੋਮ 777 ਐਂਟਰਟੇਨਮੈਂਟ, ਅਤੇ ਇੱਧਰ ਮੋਨਿਕਾ ਸੋਢੀ ਜੀ ਮੇਰੇ ਵਾਈਫ ਮਿਸਿਸ ਬੈਠੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਡਿਊ ਟੂ ਆਫਟਰ ਕੋਵਿਡ ਜੀ ਆਇਆਂ ਨੂੰ ਵੈਲਕਮ ਬੈਕ, ਸਤਿ ਸ਼੍ਰੀ ਅਕਾਲ। ਅੱਛਾ, ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦਵਾਂ, ਇੱਕ ਐਸੀ ਜੋੜੀ ਆ, ਔਰ ਮੈਨੂੰ ਇਹ ਲੱਗਦਾ ਸੀ ਵੀ ਦੇਖੋ ਜੀ ਮੀਆਂ ਬੀਬੀ ਮਾੜਾ ਮੋਟਾ ਤਾਂ ਕਿਤੇ ਨਾ ਕਿਤੇ ਲੜਦੇ ਹੁੰਦੇ, ਔਰ ਤੁਹਾਡਾ ਤਾਂ ਇਹ ਪਤਾ ਲੱਗਿਆ ਤੁਸੀਂ ਤਾਂ ਜਮ੍ਹਾਂ ਹੀ ਲੜਦੇ ਅਤੇ ਇਕੱਠੇ ਰਹਿੰਦੇ ਹੋ ਹਮੇਸ਼ਾ, ਹਰ ਕੰਮ ਇਕੱਠੇ ਕਰਦੇ ਹੋ। ਸ਼ੋਆਂ ਦੀ ਗੱਲ ਕਰੀਏ, ਬੇਸ਼ੱਕ ਮੋਨਿਕਾ ਜੀ ਨਿਊਯਾਰਕ ਲਾਈਫ ਦੇ ਵਿੱਚ ਵੀ ਨਾਲ ਕੰਮ ਕਰਦੇ ਨੇ, ਪਰ ਪਹਿਲਾਂ ਤੁਹਾਡਾ ਸਾਥ ਸਾਰਾ ਦਿੰਦੇ ਸੀਗੇ। ਬੜੀ ਪਿਆਰੀ ਜੋੜੀ ਹੈ ਜੀ। ਦਰਸ਼ਕੋ, ਇਹ ਸਾਡੇ ਇੱਥੇ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਸਾਰੇ ਤਕਰੀਬਨ ਇਹਨਾਂ ਨੂੰ ਬਹੁਤ ਸਤਿਕਾਰ ਦੇ ਨਾਲ ਗੱਲ ਕਰਦੇ ਨੇ। ਅਤੇ ਸੋਢੀ ਸਾਹਿਬ, ਆਪਾਂ ਗੱਲ ਕਰੀਏ ਤਾਂ ਸ਼ੁਰੂ ਕਰ ਤਾਂ ਇੱਥੋਂ ਹੀ ਕਰਦੇ ਹਾਂ ਆਪਣੇ ਸਤਿੰਦਰ ਸਰਤਾਜ ਦੇ ਸ਼ੋਅ ਤੋਂ ਜੀ। ਇਹ ਜਦੋਂ ਦੋ ਸਾਲ ਬਾਅਦ ਹੁਣ ਵਕਵਾ ਪਿਆ ਸੀ ਤਾਂ ਉਦੋਂ ਬਾਅਦ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਕਿ ਕਿਉਂ ਲੱਗਿਆ ਵੀ ਹੁਣ ਸ਼ੋਅ ਸ਼ੁਰੂ ਹੋ ਸਕਦੇ ਤਾਂ ਅਸੀਂ ਸ਼ੋਅ ਕਰਾ ਸਕਦੇ? ਇੱਧਰ ਹੈ ਜੀ ਕਿ 2020 ਦੇ ਵਿੱਚ ਜਦੋਂ ਮਾਰਚ ਦੇ ਵਿੱਚ ਪ੍ਰਕੋਪ ਸ਼ੁਰੂ ਹੋਇਆ ਕੋਵਿਡ ਦਾ, ਅਤੇ ਮਾਰਚ ਆਲਮੋਸਟ ਤਾਂ ਮੈਨੂੰ ਯਾਦ ਹੈ ਕਿ ਅਸੀਂ ਵਿਸਾਖੀ ਦਾ ਸ਼ੋਅ ਕਰਨਾ ਸੀ ਅਪ੍ਰੈਲ ਦੇ ਵਿੱਚ, ਤੁਹਾਨੂੰ ਵੀ ਯਾਦ ਹੈ ਆਪਾਂ 6 ਮਾਰਚ ਨੂੰ ਇਕੱਠੇ ਹੋਏ ਸੀ। 6 ਮਾਰਚ ਨੂੰ ਤੁਹਾਡੀ ਇੱਥੇ ਐਨਵਰਸਰੀ ਸੀ, 13ਵੀਂ ਐਨਵਰਸਰੀ ਸੀ ਜਸਟ ਪੰਜਾਬੀ ਦੀ, ਅਤੇ ਅਸੀਂ ਇਕੱਠੇ ਹੋਏ ਅਤੇ ਇਹਨਾਂ ਨੇ ਸ਼ੋਅ ਅਨਾਊਂਸ ਕੀਤਾ ਸੀ ਸਾਡੀ ਵਿਸਾਖੀ ਮੇਲਾ। ਬਟ ਵਿਸਾਖੀ ਮੇਲੇ ਤੋਂ ਬਹੁਤ ਸਾਰੇ ਪ੍ਰੋਗਰਾਮ ਹੋਣੇ, ਬਟ ਜੋ ਕੋਵਿਡ ਨੇ ਪ੍ਰਕੋਪ ਲਿਆਂਦਾ ਸਾਰੀ ਦੁਨੀਆ ਦੇ ਉੱਤੇ, ਪੂਰੀ ਦੁਨੀਆ ਵਿੱਚ ਪ੍ਰਕੋਪ ਆ ਗਿਆ ਅਤੇ ਲੋਕ ਡਰ ਕੇ ਘਰਾਂ 'ਚ ਵੜ ਗਏ ਨੇ। ਆਲਮੋਸਟ 1.5-2 ਸਾਲ ਹੋ ਗਏ ਲੋਕਾਂ ਨੂੰ ਘਰਾਂ ਦੇ ਵਿੱਚ ਬੈਠਿਆਂ ਨੂੰ ਜੀ, ਔਰ ਲੋਕਾਂ ਦਾ ਕੋਈ ਮਨੋਰੰਜਨ ਨਹੀਂ, ਕੋਈ ਕੰਮਕਾਰ ਨਹੀਂ। ਇਸ ਵੇਲੇ ਲੋਕ ਸੱਚ ਚੁੱਕੇ ਨੇ, ਬਲ ਚੁੱਕੇ ਨੇ ਕਿ ਅਸੀਂ ਮਤਲਬ ਦੁਨੀਆ ਚਾਹੁੰਦੀ ਹੈ ਕੁਛ ਨਾ ਕੁਛ, ਦੁਨੀਆ ਇੰਟਰਟੇਨਮੈਂਟ ਨਾਲ ਜੁੜੀ ਹੈ, ਹਰ ਆਦਮੀ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ, ਉਹ ਚਾਹੁੰਦਾ ਕਿ ਜੋ ਅਮੈਰੀਕਾ ਦਾ ਸਾਡਾ ਜਾਂ ਕੈਨੇਡਾ ਦਾ ਜੋ ਵੀ ਬਾਹਰਲੇ ਮੁਲਕਾਂ 'ਚ ਹੈ ਕਿ 5 ਦਿਨ ਅਸੀਂ ਕੰਮ ਕਰਦੇ ਹਾਂ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀਕਐਂਡ ਅਸੀਂ ਕਿਤੇ ਨਾ ਕਿਤੇ ਕੋਈ ਸ਼ੋਅ, ਕੋਈ ਪਿਕਚਰ, ਕੋਈ ਫੂਡ ਖਾਣ ਚੱਲ ਜਾਈਏ ਬਾਹਰ ਫੈਮਿਲੀ ਨਾਲ, ਮਤਲਬ ਇਹ ਚੀਜ਼ਾਂ ਹੁੰਦੀਆਂ ਨੇ। ਸੋ ਅਸੀਂ ਇੰਟਰਟੇਨਮੈਂਟ ਨਾਲ ਜੁੜੇ ਹਾਂ ਜੀ, ਸਾਨੂੰ ਇਹੀ
तो मैं सरताज जी को फोन किया, मैं सरजिंदर सरताज जी तुम क्या अमरीका का भी कोई प्लैन है? कहिंदा हाँ जी अक्तूबर च है। तो मैं क्या भी फिर तो बहुत खुशी की गल है, तकरीबन डेढ़ पौने दो साल तो साड़ी सारी भैन भरा सब अंदर बैठे ने वड़ के, तो क्यों ना आप इस दौरान दे विच आप शो अनाउंस करिए। तो जो मैं प्लैन किया कि शो न अनाउंस करिए कि 30 अक्तूबर का मैं शो अनाउंस किया, तो मैं बड़िया सारिया कॉल आई, मैं कहते भी यार अजे तो कोविड चल रहा है, जिदा पंजाबी साढ़े गल करते हैं तुम शो अनाउंस करता है इदा होएगा। मैं क्या देखो जी किसी ने तो झंडा चकना ही पैना, जे असी कोई भी बंदा उपराला नहीं करेगा किसी तरह तुम गल कही भी गड्ढा नहीं जब तक डेंगूगा तो गड्डिया कितना उड़नगियां, सो गड्ढा तो कड़ना ही पैना। सो असी मैं फिर वाहेगुरू का नाम लैके जी सच्चे पातशाह का, तो मैं क्या भी आप अनाउंस करते हैं। सो मैं राइट वे कॉन्ट्रैक्ट साइन किया जी, शो हॉल डन किया, शो चल रहा जी। अच्छा कमाल की गल ये है जी, जो हम बाकी भी शो बाद अनाउंस हुए ने जिस भी शहर के सारे अपने मित्र प्यारे ने जी, पर वो एंड तक यही जिन्होंने भी गल होंगी सी नहीं यार देखते हैं जी की बनता, शो करता दिता अनाउंस देखते हैं की बनता, हर एक बंदे ने मतलब कि दबी हुई आवाज गल कर रहा है। ਤੁਸੀਂ ਇੱਕੋ ਇੱਕ ਬੰਦੇ ਐਸੇ ਨੇ ਜਿਨ੍ਹਾਂ ਦੇ ਪੂਰੇ ਅਗਰੈਸਿਵਲੀ ਪੂਰਾ ਧੂਮ ਧਾਮ ਦੇ ਨਾਲ ਕਹਿੰਦੇ ਵੀ ਬੈਂਡ ਵਾਜਿਆਂ ਨਾਲ ਜਿਵੇਂ ਕਹਿੰਦੇ ਹੁੰਦੇ ਆ ਸ਼ੋਅ ਅਨਾਊਂਸ ਕੀਤਾ, ਔਰ ਉਹਨੂੰ ਅੱਜ ਹੁਣ ਸ਼ੋਅ ਦੇ ਵਿੱਚ ਹਾਲਾਂਕਿ ਕਾਫੀ ਟਾਈਮ ਪਿਆ ਹਜੇ ਕਾਫੀ ਦਿਨ ਪਏ ਨੇ, ਫਿਰ ਵੀ ਸ਼ੋਅ ਜਿਹੜਾ ਹੈਗਾ ਤੁਹਾਡਾ ਤਕਰੀਬਨ ਆਲਮੋਸਟ ਸਾਰਾ ਕੁਛ ਸਪੋਂਸਰ ਤੁਹਾਡੇ ਸਾਰੇ ਆ ਗਏ ਨੇ, ਤੁਹਾਡੇ ਟਿਕਟਾਂ ਆਲਮੋਸਟ ਵਿਕੀ ਜਾਂਦੀਆਂ ਨੇ, ਅਤੇ ਇਹ ਮਤਲਬ ਰੱਬ 'ਤੇ ਵਿਸ਼ਵਾਸ ਸੀ ਕਿ ਆਪਣੇ ਆਪ 'ਤੇ ਕੌਨਫੀਡੈਂਸ ਸੀ? ਨਹੀਂ ਭਾਅ ਜੀ, ਬੰਦਾ ਤਾਂ ਹੰਕਾਰਿਆ ਪਿਆ ਸਾਨੂੰ ਕੋਈ, ਦੇਖੋ ਮੈਂ ਤਾਂ ਹਮੇਸ਼ਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਧਿਆਨਾ, ਜੋ ਕਰਨਾ ਉਹਨੇ ਆ ਆਪਣਾ ਕੰਮ ਹੈ ਮਿਹਨਤ ਕਰਨਾ, ਅਤੇ ਮਿਹਨਤ ਇਸ ਤਰੀਕੇ ਨਾਲ ਕਰਨਾ ਹੈ ਕਿ ਦੁਨੀਆ ਵੇਖੇ ਕਿ ਮਿਹਨਤ ਕਰ ਰਹੀ ਹੈ, ਰਿਜ਼ਲਟ ਉਹਨੇ ਦੇਣਾ ਉਹ ਵਾਹਿਗੁਰੂ ਨੇ, ਉਹ ਸੱਚੇ ਪਾਤਸ਼ਾਹ ਨੇ ਤੁਹਾਨੂੰ ਰਿਜ਼ਲਟ ਦੇਣਾ। ਅਤੇ ਆਪਾਂ ਤਾਂ ਜਿਹੜਾ ਵੀ ਕੰਮ ਕਰਦੇ ਹਾਂ ਜੀ ਚੰਗੀ ਨੀਤ ਤੋਂ ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਆਪਾਂ ਨਹੀਂ ਕਦੀ ਕਿਸੇ ਚੀਜ਼ ਦਾ ਰਿਜ਼ਲਟ ਲੈਂਦੇ, ਰਿਜ਼ਲਟ ਦੇਣ ਵਾਲਾ ਵਾਹਿਗੁਰੂ ਹੈ। ਉਸ ਵਾਹਿਗੁਰੂ ਨੇ ਕੋਈ ਵੀ ਉਹਨੂੰ ਧਰਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਨਾਮ ਲੈ ਲਓ, ਉਹਨੂੰ ਤੁਸੀਂ ਮੰਦਰ ਮਸਜਿਦ ਲੈ ਲਓ ਚਰਚ ਲੈ ਲਓ ਜੋ ਮਰਜ਼ੀ ਕਰ ਲਓ, ਰੱਬ ਇੱਕੋ ਹੀ ਹੈ। ਸੋ ਰੱਬ ਨੂੰ ਧਿਆ ਕੇ ਸੱਚੇ ਦਿਲੋਂ ਜੋ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਉਹ ਉਪਰਾਲਾ ਚੰਗਾ ਹੀ ਹੁੰਦਾ। ਅਤੇ ਤੁਹਾਡੇ ਵਾਲੀ ਗੱਲ ਠੀਕ ਹੈ ਜੀ, ਮੈਨੂੰ ਹੁਣੇ ਕਹੀ ਕਿ ਬਾਕੀਆਂ ਦੀ ਆਵਾਜ਼ ਦੱਬੀ ਹੈ, ਲੋਕ ਪੈਸੇ ਨਾਲ ਜ਼ਿਆਦਾ ਜੁੜੇ ਨੇ ਜੀ, ਮੇਰੀ ਵੀ ਜ਼ਰੂਰਤ ਹੈ, ਇਹ ਤੁਹਾਡੀ ਵੀ ਜ਼ਰੂਰਤ ਹੈ, ਇਹਨਾਂ ਦੀ ਵੀ ਜ਼ਰੂਰਤ ਹੈ, ਜੋ ਵੀ ਅਸੀਂ ਚੈਨਲ ਚਲਾ ਰਹੇ ਹਾਂ ਸਭ ਕੁਝ ਚੱਲ ਰਿਹਾ, ਇਹ ਰੈਵਨਿਊ ਤੋਂ ਬਗੈਰ ਨਹੀਂ ਚੱਲਦਾ। ਲੇਕਿਨ ਜਿਹੜੀ ਤੁਹਾਡੀ ਮਿਹਨਤ ਆ ਉਹ ਕਹਿੰਦੇ ਨਾ ਦਸਾਂ ਨੌਵਾਂ ਦੀ ਕਿਰਤ ਜਿਹੜੀ ਸਾਡੇ ਬਾਬਾ ਜੀ ਨੇ ਕਹੀ ਹੈ ਉਹ ਕਰੀ ਚੱਲੋ, ਬਾਕੀ ਬਾਕੀ ਉੱਥੇ ਛੱਡ ਦਿਓ, ਉਹਨੇ ਕਰਨੇ ਉਹਨੇ ਬੱਲੇ ਬੱਲੇ ਕਰਾਉਣੀ ਜੀ ਜੀ ਜੀ। ਅਤੇ ਮੋਨਕਾ ਜੀ ਇਹ ਕਦੋਂ ਕੁ ਤੋਂ ਕਰ ਰਹੇ ਨੇ ਜੀ ਸੋਢੀ ਸਾਹਿਬ ਇਸ ਲਾਈਨ ਦੇ ਵਿੱਚ, ਇਹ ਇੰਟਰਟੇਨਮੈਂਟ ਦੀ ਲਾਈਨ ਦੇ ਵਿੱਚ ਜਾਂ ਸ਼ੋਆਂ ਦਾ ਬਿਜ਼ਨਸ ਹੋਇਆ, ਵਿਆਹ ਤੋਂ ਬਾਅਦ ਕਿ ਪਹਿਲਾਂ ਤੇ ਆ? ਨਹੀਂ ਐਕਚੁਅਲੀ ਇਹ ਵਿਆਹ ਤੋਂ ਬਾਅਦ ਹੀ ਇਹਨਾਂ ਨੇ ਸਟਾਰਟ ਕੀਤਾ ਸੀਗਾ ਸ਼ੋਆਂ ਦਾ ਕੰਮ, ਔਰ ਬੇਸਿਕਲੀ ਮੇਨ ਤਾਂ ਯੂਜ਼ਡ ਕਾਰਾਂ ਦਾ ਹੀ ਕੰਮ ਹੈ, ਲੇਕਿਨ ਸ਼ੋਅ ਦੇ ਵਿੱਚ ਸ਼ੋਅ ਬਿਜ਼ਨਸ ਦਾ ਇਹਨਾਂ ਦਾ ਇੱਕ ਪੈਸ਼ਨ ਸੀਗਾ ਸ਼ੋਅ ਬਿਜ਼ਨਸ ਦੇ ਅੰਦਰ ਆਉਣਾ ਜੀ, ਔਰ ਇਹਨਾਂ ਦਾ ਜਿਹੜਾ ਪੈਸ਼ਨ ਸੀ ਸ਼ੋਅਜ਼ ਨੂੰ ਲਾਈਕ ਕਰਨਾ ਅਤੇ ਸ਼ੋਅਜ਼ ਨੂੰ ਪ੍ਰਮੋਟ ਕਰਨਾ, ਅਤੇ ਇਹਨਾਂ ਨੇ ਉਹ ਫਿਰ ਐਜ਼ ਆ ਆਪਣਾ ਓਪਨ ਕੰਪਨੀ ਕੀਤੀ, ਇਸ ਕੰਪਨੀ ਨੂੰ ਓਪਨ ਕੀਤੇ ਹੋ ਗਏ ਨੇ 7 to 8 years, ਔਰ ਬਟ ਲੇਕਿਨ ਉਸ ਤੋਂ ਬਾਅਦ ਜੋ ਇਹਨਾਂ ਦੀ ਐਜ਼ ਆ ਲਗਨ ਸੀਗੀ ਇਸ ਕੰਮ ਵਾਸਤੇ, ਇਹਨਾਂ ਨੇ ਉਹ ਚੀਜ਼ ਨੂੰ ਦਿਲੋਂ ਔਰ ਇੱਕ ਪਬਲਿਕ ਦੇ ਲੋਕਾਂ ਦੇ ਪਿਆਰ ਦੇ ਨਾਲ ਜੋ ਇਹਨਾਂ ਨੂੰ ਸਪੋਰਟ ਮਿਲੀ, ਔਰ ਜਿਹੜੀ ਇੱਕ ਇਹਨਾਂ ਦੀ ਦਿਲੋਂ ਖੁਆਇਸ਼ ਸੀਗੀ ਕਿ ਇਸ ਚੀਜ਼ ਨੂੰ ਪੂਰੇ ਸਿਰੇ ਤੱਕ ਚਾੜ ਕੇ ਕੰਮ ਕਰਨਾ, ਉਹ ਇਹਨਾਂ ਨੇ ਕੀਤਾ, ਔਰ ਇਸੇ ਕਰਕੇ ਇਹਨਾਂ ਨੂੰ ਇਸ ਕੰਮ ਦੇ ਅੰਦਰ ਤਰੱਕੀ ਮਿਲੀ, ਕਿਉਂਕਿ ਇਹ ਜਦੋਂ ਵੀ ਕੋਈ ਵੀ ਚੀਜ਼ ਅਨਾਊਂਸ ਕਰਦੇ ਆ ਜਾਂ ਕੋਈ ਵੀ ਚੀਜ਼ ਕਰਨਾ ਚਾਹੁੰਦੇ ਆ ਇਹ ਹਮੇਸ਼ਾ ਸਭ ਤੋਂ ਪਹਿਲੇ ਇਹ ਗੁਰਦੁਆਰੇ ਜਾ ਕੇ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਆ, ਔਰ ਉਸ ਤੋਂ ਬਾਅਦ ਆਪਣੇ ਭੈਣ ਭਰਾਵਾਂ ਦੇ ਨਾਲ ਗੱਲ ਕਰਕੇ ਉਹਨਾਂ ਦਾ ਵੀ ਕਹਿ ਲਓ ਆਸ਼ੀਰਵਾਦ ਲੈ ਕੇ ਉਸ ਚੀਜ਼ ਨੂੰ ਸਟਾਰਟਅਪ ਕਰਦੇ ਆ, ਔਰ ਦੈਟਸ ਵਾਈ ਹੀ ਇਜ਼ ਸਕਸੈਸ ਔਨ ਦਾ ਐਵਰੀ ਮਤਲਬ ਹਰ ਚੀਜ਼ ਦੇ ਵਿੱਚ, ਸ਼ੁਕਰ ਹੈ ਪਰਮਾਤਮਾ ਦਾ ਇਹਨਾਂ ਨੂੰ ਸਕਸੈਸ ਮਿਲੀ ਔਰ ਅੱਗੇ ਵੀ ਸਕਸੈਸ ਮਿਲਦੀ ਰਹੂਗੀ, ਕਿਉਂਕਿ ਲੋਕਾਂ ਦਾ ਪਿਆਰ ਇੰਨਾ ਹੈ ਔਰ ਦਿਲੋਂ ਦਿਲ ਦੀ ਮਿਹਨਤ ਔਰ ਲਗਨ ਕਰਕੇ ਹੀ ਸਾਰਾ ਕੁਛ ਸਾਹਮਣੇ ਕਹਿ ਲਓ ਆ ਰਿਹਾ ਹੈਗਾ, ਔਰ ਨਾਓ ਹੁਣ ਜਿਹੜਾ ਇਹਨਾਂ ਨੇ ਸਤਿੰਦਰ ਸਰਤਾਜ ਦਾ ਸ਼ੋਅ ਵੀ ਅਨਾਊਂਸ ਕੀਤਾ ਹੈਗਾ, ਔਰ ਉਹੀ ਕਹਿ ਲਓ ਕਿ ਉਹ ਪਰਮਾਤਮਾ ਦੀ ਮਿਹਰ ਹੈਗੀ ਆ ਕਿ ਰਿਸਪੋਂਸ ਵਾਜ਼ ਵੈਰੀ ਗੁੱਡ, ਔਰ ਸਾਰਿਆਂ ਤੋਂ ਨੰਬਰ 1 ਤੇ ਫ੍ਰਿਜ਼ਨੋ ਦਾ ਸ਼ੋਅ ਇਸ ਟਾਈਮ ਜਾ ਰਿਹਾ ਹੈਗਾ, ਔਰ ਫ੍ਰਿਜ਼ਨੋ ਵਾਲਿਆਂ ਦਾ ਇੰਨਾ ਪਿਆਰ ਮਿਲਿਆ ਮੇਰੇ ਹਸਬੈਂਡ ਨੂੰ, ਮਤਲਬ ਕਿ ਜਿੱਦਾਂ ਜਿਸ ਤਰ੍ਹਾਂ ਇਹਨਾਂ ਨੇ ਲੋਕਾਂ ਨਾਲ ਗੱਲ ਕੀਤੀ
ਫ੍ਰਿਜ਼ਨੋ ਸਿਟੀ ਦੇ ਅੰਦਰ ਹਰ ਬੰਦੇ ਨੇ ਮੇਰੇ ਹਸਬੈਂਡ ਏਡੀ ਸੋਡੀ ਦਾ ਵੈਲਕਮ ਕੀਤਾ, 777 ਐਂਟਰਟੇਨਮੈਂਟ ਦਾ ਵੈਲਕਮ ਕੀਤਾ, ਸਤਿੰਦਰ ਸਰਤਾਜ ਦੇ ਸ਼ੋਅ ਦਾ ਵੈਲਕਮ ਕੀਤਾ, ਔਰ ਡੈਫੀਨੇਟਲੀ ਔਰ ਸਭ ਤੋਂ ਵੱਡਾ ਜਿਹੜਾ ਕਿ ਵੈਲਕਮ ਸਾਨੂੰ ਮੀਡੀਆ ਪਾਰਟਨਰ ਦੇ ਵਿੱਚ ਮਿਲਿਆ ਉਹ ਜਸ ਪੰਜਾਬੀ ਦਾ ਮਿਲਿਆ, ਅਤੇ ਆਈ ਵੁੱਡ ਵੈਰੀ ਥੈਂਕਸ ਟੂ ਪੈਨੀ ਸੰਧੂ ਜੀ ਔਰ ਸਪੈਸ਼ਲੀ ਜਗਤਾਰ ਭਾਅ ਜੀ ਤੁਹਾਡਾ, ਜਗਤਾਰ ਜੱਗੀ ਜੀ ਦਾ, ਜਿਨ੍ਹਾਂ ਦੇ ਕਰਕੇ ਐਵਰੀਥਿੰਗ ਗੋਜ਼ ਵੈਰੀ ਗੁੱਡ ਔਰ ਰਿਸਪੋਂਸ ਇਜ਼ ਵੈਰੀ ਗੁੱਡ ਔਰ ਥੈਂਕ ਯੂ ਸੋ ਮਚ। ਵਾਹ ਜੀ ਵਾਹ। ਅਤੇ ਅੱਛਾ ਸੋਡੀ ਸਾਹਿਬ, ਇੱਕ ਕਹਿੰਦੇ ਆ ਵੀ ਹਰ ਸਫਲ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਜੀ, ਅਤੇ ਤੁਸੀਂ ਪਹਿਲਾਂ ਬਿਜ਼ਨਸਮੈਨ ਵੀ ਸਫਲ ਹੋ ਪੂਰੇ ਅਤੇ ਪ੍ਰਮੋਟਰ ਵੀ ਸਫਲ ਹੋ, ਅਤੇ ਤੁਸੀਂ ਕਿੰਨਾ ਕੁ ਹੱਥ ਮੰਨਦੇ ਹੋ ਜੀ ਮੋਨਿਕਾ ਜੀ ਦਾ ਤੁਹਾਡੀ ਸਫਲਤਾ ਦੇ ਵਿੱਚ? ਦੇਖੋ ਜੀ, ਮੇਰੀ ਸਫਲਤਾ ਦੇ ਵਿੱਚ ਦੋ ਬੰਦਿਆਂ ਦਾ ਹੱਥ ਹੈ, ਇੱਕ ਮੇਰੇ ਵਾਹਿਗੁਰੂ ਦਾ ਅਤੇ ਇੱਕ ਮੇਰੀ ਵਹੁਟੀ ਦਾ। ਵਾਹ ਜੀ। ਦੋ ਜਾਣੇ ਮੇਰੀ ਜ਼ਿੰਦਗੀ 'ਚ ਆਏ ਨੇ, ਜਦੋਂ ਮੈਂ ਜਨਮ ਲਿਆ ਸੀਗਾ ਮੇਰੇ ਮਾਂ ਬਾਪ ਨੇ ਜੋ ਮੈਨੂੰ ਕਹਿ ਲਓ ਸੰਸਕਾਰ ਦਿੱਤੇ ਹੈ, ਉਹਨਾਂ ਨੇ ਹਮੇਸ਼ਾ ਇੱਕੋ ਹੀ ਚੀਜ਼ ਕਹੀ ਹੈ ਕਿ ਪੁੱਤਰ ਮਿਹਨਤ ਕਰੋ, ਬਾਵਾਂ ਬਣਾਓ, ਪੈਸੇ ਮਤ ਬਣਾਓ, ਪੈਸੇ ਆਪੇ ਬਣ ਜਾਣੇ ਨੇ। ਵਾਹ ਜੀ ਵਾਹ। ਸੋ ਜਦੋਂ ਮੇਰੀ ਜ਼ਿੰਦਗੀ 'ਚ ਅੱਜ ਤੋਂ 20 ਸਾਲ ਪਹਿਲਾਂ ਮੋਨਿਕਾ ਸੋਢੀ ਜੀ ਆਏ, ਅਤੇ ਬਹੁਤ ਸਾਰੀਆਂ ਚੀਜ਼ਾਂ ਮੇਰੀ ਲਾਈਫ ਦੇ ਵਿੱਚ ਸਟੈਪ ਬਾਏ ਸਟੈਪ 'ਚ ਇਹਨਾਂ ਨੇ ਚੇਂਜ ਕੀਤੀਆਂ ਹੋਈਆਂ ਨੇ, ਬਹੁਤ ਸਾਰੀਆਂ ਇਹਨੇ ਆਪਣੀਆਂ ਚੇਂਜ ਹੋਈਆਂ, ਬਹੁਤ ਸਾਰੀਆਂ ਮੇਰੀਆਂ ਚੇਂਜ ਹੋਈਆਂ, ਅਤੇ ਇੱਦਾਂ ਹੀ ਸਾਡੀ ਗੱਡੀ ਤੁਰੀ ਜਾਂਦੀ ਹੈ ਜੀ। ਸਾਡੀ ਗੱਡੀ ਦੇ ਵਿੱਚ ਪਹੀਏ ਚਾਰ ਹੀ ਚੱਲਦੇ ਪਏ ਨੇ, ਵਿੱਚ ਥੋੜ੍ਹਾ ਜਿਹਾ ਹੁਣ ਨਵੰਬਰ 'ਚ ਇੱਕ ਪਹੀਆ ਚੇਂਜ ਹੋਇਆ ਆ, ਉਹ ਵੀ ਮੈਂ ਤੁਹਾਡਾ ਸ਼ੇਅਰ ਕਰ ਹੀ ਦੇਵਾਂ, ਜ਼ਰੂਰੀ ਹੈ। ਜ਼ਰੂਰ ਜੀ ਜ਼ਰੂਰ। ਕਿ ਸਾਡਾ ਵਿਆਹ 2001 'ਚ ਹੋਇਆ ਸੀਗਾ ਜੀ, ਅਤੇ ਉਸ ਤੋਂ ਬਾਅਦ ਜੋ ਕੁਛ ਚੱਲਦਾ ਰਿਹਾ ਇੰਡੀਆ ਦੇ ਵਿੱਚ, ਸਾਡੇ ਬਿਜ਼ਨਸਿਸ ਬਹੁਤ ਵਧੀਆ ਸੀ, ਫਿਰ ਅਸੀਂ ਅਮੈਰੀਕਾ ਆ ਗਏ, ਇਹਦੀ ਖੁਆਇਸ਼ ਸੀਗੀ ਕਿ ਅਮੈਰੀਕਾ ਆਉਣਾ ਹੈ, ਅਤੇ 2011 'ਚ ਅਸੀਂ ਅਮੈਰੀਕਾ ਆਏ ਹਾਂ, ਅਤੇ ਉਸ ਤੋਂ ਬਾਅਦ ਇੱਥੇ ਬਿਜ਼ਨਸਿਸ ਸਟਾਰਟ ਕੀਤੇ, ਯੂਜ਼ ਕਾਰਾਂ ਦਾ ਕੰਮ ਸ਼ੁਰੂ ਕੀਤਾ, ਉਹਦੇ 'ਚ ਇਹਨੇ ਮੈਨੂੰ ਪੂਰਾ ਸਾਥ ਦਿੱਤਾ, ਉਹਦੇ ਵਿੱਚ ਅਸੀਂ ਬੜੀ ਤਰੱਕੀ ਕੀਤੀ। ਉਸ ਤੋਂ ਬਾਅਦ ਬਾਬਾ ਜੀ ਨੇ ਸਾਨੂੰ ਦੂਸਰਾ ਅਸੀਂ ਕੰਮ ਮਾਰਕੀਟਿੰਗ ਕੰਪਨੀ ਸ਼ੁਰੂ ਕੀਤੀ, ਉਹਦੇ ਵਿੱਚ ਪਰਫੈਕਟ ਮਾਰਕੀਟਿੰਗ ਦੇ ਨਾਂ 'ਤੇ ਅਸੀਂ ਕੰਪਨੀ, ਉਹਦੇ ਬੜਾ ਬਾਬਾ ਜੀ ਨੇ ਉਹ 'ਚ ਬੜੀ ਕਿਰਪਾ ਕੀਤੀ। 2014 ਵਿੱਚ ਅਸੀਂ ਪਹਿਲਾ ਸ਼ੋਅ ਕੀਤਾ ਜੀ 777 ਐਂਟਰਟੇਨਮੈਂਟ ਨੂੰ ਲੈ ਕੇ, ਅਤੇ ਉਸ ਤੋਂ ਬਾਅਦ ਫਿਰ ਅਸੀਂ ਪਿੱਛੇ ਮੁੜ ਕੇ ਨਹੀਂ ਵੇਖਿਆ, ਸਟੈਪ ਬਾਏ ਸਟੈਪ ਪੰਜਾਬੀ ਸ਼ੋਅ ਕੀਤੇ, ਹਿੰਦੀ ਸ਼ੋਅ ਕੀਤੇ, ਵੈਲੈਂਟਾਈਨ ਸ਼ੋਅ ਕੀਤੇ, ਸੋ ਕਰੀ ਜਾਂਦੇ ਹਾਂ ਵੱਡੇ ਛੋਟੇ ਮਿਲ ਮਿਲਾ ਕੇ, ਸੋ ਬੜਾ ਪਿਆਰ ਮਿਲਿਆ ਜੀ ਸਾਰਿਆਂ ਤੋਂ। ਅਤੇ ਮੋਨਿਕਾ ਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਇਹਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਨਿਊਯਾਰਕ ਲਾਈਫ ਇੰਸ਼ੋਰੈਂਸ ਜੁਆਇਨ ਕੀਤੀ, 24/7 ਦਾ ਮਤਲਬ ਹੈ ਕਿ ਇਹ ਪੂਰੀ ਨਿਊਯਾਰਕ ਲਾਈਫ ਇੰਸ਼ੋਰੈਂਸ ਦੀ ਹੋ ਗਈ ਹੈ ਜੀ। ਇਹ ਹੁਣ ਨਾ ਤਾਂ 77 ਐਂਟਰਟੇਨਮੈਂਟ ਦੇ ਵਿੱਚ ਪਾਰਟਿਸਿਪੇਟ ਕਰ ਸਕਦੀ ਹੈ, ਇਹ ਅੱਜ ਜੇ ਮੇਰੇ ਨਾਲ ਬੈਠੀ ਇੱਕ ਤਾਂ ਮੇਰੀ ਵਾਈਫ ਦੇ ਨਾਤੇ, ਤੇ ਦੂਸਰੀ ਇਹ ਨਿਊਯਾਰਕ ਲਾਈਫ ਦੇ ਸਾਡੇ ਸਪਾਂਸਰ ਨੇ ਬੇਸਿਕਲੀ। ਦੇਖੋ ਜੀ, ਇਹ ਤੁਹਾਡੇ ਸਪਾਂਸਰ ਨੇ, ਹੁਣ ਵਾਈਫ ਤਾਂ ਪਿੱਛੇ ਰਹਿ ਗਏ, ਹੁਣ ਤਾਂ ਸਪਾਂਸਰ ਦੇ ਤੌਰ ਤੇ ਬੈਠੇ ਨੇ, ਔਰ ਤੁਸੀਂ ਸੋ ਰਿਸਪੈਕਟ ਸਪਾਂਸਰ ਵਾਲੀ ਕਰੋ ਹੁਣ। ਬਿਲਕੁਲ ਜੀ ਬਿਲਕੁਲ, ਵਾਈਫ ਵਾਲੀ ਜਿਹੜੀ ਕਰਦੇ। ਬਿਲਕੁਲ ਕਰਾਂਗੇ। ਅੱਛਾ, ਪਹਿਲਾ ਸ਼ੋਅ ਸਾਡੀ ਸਾਹਿਬ ਫਿਰ ਕਿਹੜਾ ਕਰਾਇਆ? ਉਹ ਪਹਿਲਾ ਸ਼ੋਅ ਮਤਲਬ 777 ਜਿਹੜੀ ਹੈਗੀ ਆ, ਹਾਂਜੀ, ਅਸੀਂ 777 ਕਰ ਲਏ, 777 ਕਰਨੇ, ਹਾਂਜੀ। ਇਹ ਕਿਵੇਂ ਕੰਪਨੀ ਹੋਣ ਦੇ ਵਿੱਚ ਆਈ, ਕਿਵੇਂ ਦਿਮਾਗ ਦੇ ਵਿੱਚ ਆਇਆ ਵੀ ਅਸੀਂ ਕੰਪਨੀ ਬਣਾਈਏ, ਸ਼ੋਅ ਬਿਜ਼ਨਸ ਦੇ ਵਿੱਚ ਪਈਏ? ਮੈਂ ਪਹਿਲਾਂ ਜੀ ਜਦੋਂ ਸ਼ੋਅ 'ਚ ਆਇਆ ਤੇ ਅਸੀਂ ਪਹਿਲਾ ਸ਼ੋਅ ਜਿਹੜਾ ਕਰਾਇਆ ਉਹਦੇ ਨਾਲ ਮੇਰਾ ਨਾਮ ਜੁੜਿਆ ਸੀ ਏਡੀ ਸੋਢੀ ਜੀ। ਏਡੀ ਸੋਢੀ ਦੇ ਨਾਲ ਜੁੜ ਕੇ ਮੈਂ ਦੋ ਸ਼ੋਅ ਕਰਾਏ, 3, ਬਟ ਮੈਂ ਕਿਹਾ ਇਹ ਜਿਹੜਾ ਨਾਮ ਨਾਲ ਸ਼ੋਅ ਹੋਣਾ ਉਹ ਨਹੀਂ, ਮਤਲਬ ਮਨ ਨੂੰ ਜੀ ਜਚਦੀ ਨਹੀਂ ਪਈ ਸੀ ਜੀ ਕਿ ਕਿਉਂ ਨਹੀਂ ਅਸੀਂ ਕੰਪਨੀ ਡਿਵੈਲਪ ਕਰੀਏ ਜੀ, ਕੰਪਨੀ ਦੇ ਛਤਰ ਛਾਇਆ ਥੱਲੇ ਜਿਹੜਾ ਕੰਮ ਕਰਨਾ, ਕਿਉਂਕਿ ਅਮੈਰੀਕਾ ਦੇ ਸਿਸਟਮ ਡਿਫਰੈਂਟ ਨੇ। ਸੋ ਮੈਂ ਦੋ ਬੇਸਿਕਲੀ ਸ਼ੋਅ ਤਾਂ 2014 'ਚ 3 ਕਰਾਏ ਸੀ, 3 ਹੀ ਸੋਲਡ ਆਊਟ ਸੀ ਜੀ। ਅਸੀਂ ਦਲਜੀਤ ਦੋਸਾਂਝ ਕਰਾਇਆ ਸੀ ਔਕਲੈਂਡ ਦੇ ਵਿੱਚ, ਕਈ 2-3 ਸ਼ੋਅ ਕਰਾਏ, ਬਟ ਅਸੀਂ ਜਿਹੜਾ ਮੇਨ ਆਏ ਸੀ ਅਸੀਂ 2015 ਦੇ ਵਿੱਚ 777 ਐਂਟਰਟੇਨਮੈਂਟ ਕੰਪਨੀ ਨੂੰ ਲਾਂਚ ਕੀਤੀ, ਜਿਹਦੇ ਵਿੱਚ ਅਸੀਂ 777 ਐਂਟਰਟੇਨਮੈਂਟ ਕੰਪਨੀ ਦੇ ਵਿੱਚ ਪਹਿਲਾ ਜਿਹੜਾ ਸ਼ੋਅ ਸਾਡਾ ਹੋਇਆ ਉਹ ICC ਦੇ ਵਿੱਚ ਅਸੀਂ ਲਾਂਚਿੰਗ ਪਾਰਟੀ ਕੀਤੀ ਸੀਗੀ। ਲਾਂਚਿੰਗ ਪਾਰਟੀ ਦੇ ਵਿੱਚ ਬੇਸਿਕ ਅਸੀਂ ਲਾਂਚਿੰਗ ਕਰਨਾ ਚਾਹੁੰਦੇ ਸੀ, ਬਟ ਉਹ ਸ਼ੋਅ ਹੋ ਗਿਆ, ਉਹਦੇ 'ਚ ਅਸੀਂ ਪੂਜਾ ਬੱਤਰਾ ਨੂੰ ਇਨਵਾਈਟ ਕੀਤਾ ਸੀਗਾ, ਉਹਦੇ ਵਿੱਚ ਅਸੀਂ ਬਾਹੂਬਲੀ ਦਾ ਜਿਹੜਾ ਮੇਨ ਕਿਰਦਾਰ ਹੈ, ਮੂਵੀ ਬੜੀ ਵੱਡੀ ਮੂਵੀ ਹੋਈ ਹੈ ਜੀ, ਹਾਂਜੀ ਬਾਹੂਬਲੀ ਦਾ, ਹਾਂਜੀ, ਉਹਦੇ ਵਿੱਚ ਆਸ਼ੀਸ਼ ਦੀਵੀ ਜਿਹੜਾ ਰਾਜਾ ਸੀ ਜਿਹੜਾ ਮਰ ਜਾਂਦਾ, ਉਹ ਸਾਡਾ ਸਾਡੇ ਗੈਸਟ ਸੀਗੇ ਜੀ, ਜੀ ਉਹ ਸਟਾਰ। ਅਤੇ ਇੱਕ ਬੜਾ ਵੱਡਾ ਸੀਰੀਅਲ ਹੈ ਜੀ ਹਿੰਦੀ ਦਾ, ਬੜੇ ਅੱਛੇ ਲੱਗਦੇ ਹੈ, ਉਹਦੇ ਵਿੱਚ ਮੋਹਿਤ ਮਲਹੋਤਰਾ ਸੀ, 3 ਸੈਲੀਬ੍ਰਿਟੀਜ਼ ਨਾਲ ਪਹਿਲਾ ਸ਼ੋਅ ਕੀਤਾ ਸੀ ਉਹ 777 ਦੇ ਥੱਲੇ, ਤੇ ਸਾਡਾ ਸੋਲਡ ਆਊਟ ਸ਼ੋਅ ਸੀ। ਤੇ ਨਾਮ ਜਿਹੜਾ 777, ਅਸੀਂ ਬ੍ਰੇਕ ਦਾ ਸਮਾਂ ਹੋ ਗਿਆ ਵੈਸੇ, ਚਲੋ ਆਪਾਂ ਇਹ ਫਿਰ 777 ਦੀ ਗੱਲ ਖਤਮ ਕਰਦੇ, ਨਾਮ 777 ਕਿਵੇਂ ਪਿਆ? 777 ਇੱਦਾਂ ਜੀ, ਮੈਂ ਥੋੜ੍ਹਾ ਜਿਹਾ ਐਸਟ੍ਰੋਲੋਜੀ ਨੂੰ ਬੜਾ ਵਿਸ਼ਵਾਸ ਰੱਖਦਾ ਹਾਂ ਜੀ, ਮੈਨੂੰ ਉਹਨਾਂ ਨੇ ਮੇਰੇ ਜਿਹੜੇ ਜਿਹਨਾਂ ਨੂੰ ਮੈਂ ਮਤਲਬ ਐਜ਼ ਏ ਐਸਟ੍ਰੋਲੋਜਰ ਮੰਨਦਾ, ਮਿਲਦੇ ਸੀ ਉਹ ਪੈਸੇ ਨਹੀਂ ਸਾਡੇ ਤੋਂ ਲੈਂਦੇ ਇੰਡੀਆ 'ਚ ਨੇ, ਉਹਨਾਂ ਨੂੰ ਮੈਂ ਕਿਹਾ ਮੈਂ ਕੋਈ ਕੰਪਨੀ ਔਨ ਲਾਂਚ ਕਰਨਾ ਚਾਹੁੰਦਾ ਅਤੇ ਦੱਸੋ ਮੈਨੂੰ। ਉਹਨਾਂ ਨੇ ਮੇਰੇ ਸਟਾਰ ਨਾਲ ਜੋ ਵੀ 25 ਸਪਟੰਬਰ 25 ਸਤੰਬਰ ਮੇਰਾ ਜਨਮ ਦਿਨ ਹੈ, ਅਤੇ ਉਹ ਕਹਿੰਦੇ ਵੀ ਤੈਨੂੰ 7 ਸੂਟ ਕਰਦਾ, ਅਤੇ ਤੂੰ 777 ਇੰਟਰਟੇਨਮੈਂਟ, ਉਹਨਾਂ ਨੇ ਮੈਨੂੰ ਕੱਢ ਕੇ ਦਿੱਤਾ 999 ਇੰਟਰਟੇਨਮੈਂਟ ਕੱਢ ਕੇ ਦਿੱਤਾ, ਅਤੇ 444 ਇੰਟਰਟੇਨਮੈਂਟ,
ਤੇ ਮੈਂ ਕਿਹਾ ਜੀ ਮੈਨੂੰ ਦੱਸੋ ਵਧੂ ਫੁੱਲੂ ਕਿਹੜੀ ਤੇ ਫਿਰ ਬਾਬੇ ਦਾ ਨਾਮ ਲੈ ਕੇ ਅਸੀਂ 777 ਐਂਟਰਟੇਨਮੈਂਟ ਸਾਥੇ ਸਾਨੂੰ 3 ਸੂਟ ਕੀਤੇ ਵੀ ਜੈਮਸ ਬੌਂਡ ਨੇ ਬੜੇ ਤਰੱਕੀ ਕੀਤੀ ਸੀ ਜੀ ਤੇ ਅਸੀਂ ਵੀ 77 ਉਸ ਤਰੀਕੇ ਨਾਲ ਚੁਣੀ ਆਹ ਦੇਖ ਲਓ ਸਾਡੀ 77 ਬੈਜਾ ਬੈਜਾ ਜੀ 77 ਬੈਜਾ ਬੈਜਾ ਕਰਾਈ ਵੀ 77 ਨੇ ਤੇ ਆਪਾਂ ਨੂੰ ਬ੍ਰੇਕ ਲੈਣੀ ਪੈਗੀ ਵੈਸੇ ਮਹਿਸੂਸ ਇਹ ਹੁੰਦਾ ਕਿ ਤੁਸੀਂ ਘਰੇ ਸ਼ਾਇਦ ਬੋਲਣ ਦਾ ਕੰਮ ਉਹਨਾਂ ਨੂੰ ਦਿੱਤਾ ਹੋਣਾ ਤੇ ਬਾਹਰ ਤੁਸੀਂ ਬੋਲਦੇ ਜਿਵੇਂ ਮੈਂ ਕੀਤਾ ਹੋਇਆ ਚਲੋ ਬ੍ਰੇਕ ਇੱਕ ਲੈਂਦੇ ਹਾਂਜੀ ਇੱਕ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਫਿਰ ਅਸੀਂ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਏਡੀ ਸੋਢੀ ਸਾਹਿਬ ਮੋਨਿਕਾ ਸੋਢੀ ਜੀ ਸਤਿੰਦਰ ਸਰਤਾਜ ਦਾ ਸ਼ੋਅ ਫਰਾਈਜ਼ਨੋ ਦੇ ਵਿੱਚ ਜਿਹੜਾ ਹੋ ਰਿਹਾ 30 ਅਕਤੂਬਰ ਨੂੰ ਟਾਵਰ ਥੀਏਟਰ ਦੇ ਵਿੱਚ ਉਹਦੇ ਬਾਰੇ ਖਾਸ ਤੌਰ 'ਤੇ ਗੱਲ ਚੱਲ ਰਹੀ ਹੈ ਅਤੇ ਨਾਲ ਨਾਲ ਹੋਰ ਗੱਲਾਂ ਬਾਤਾਂ ਵੀ ਜਿਹੜੀਆਂ ਉਹ ਕਰ ਰਹੇ ਹਾਂ ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ ਇਸ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਮੈਂ ਜਗਤਾਰ ਸਿੰਘ ਜੱਗੀ ਪ੍ਰੋਗਰਾਮ ਅੱਜ ਦਾ ਜਿਹੜਾ ਉਹ ਚੱਲ ਰਿਹਾ ਜੀ ਏਡੀ ਸੋਢੀ ਸਾਹਿਬ ਅਤੇ ਮੋਨਿਕਾ ਸੋਢੀ ਦੇ ਨਾਲ ਬੜੀ ਪਿਆਰੀ ਜੋੜੀ ਕੈਲੀਫੋਰਨੀਆ ਦੀ ਔਰ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਜਾਣਦੇ ਨੇ ਲੋਕ ਸ਼ੋਆਂ ਦੇ ਕਰਕੇ ਅਤੇ ਨਾਲ ਇਹਨਾਂ ਦੇ ਕੰਮ ਕਰ ਕਰਕੇ ਬਹੁਤ ਵਧੀਆ ਲੋਕਾਂ ਦੇ ਵਿੱਚ ਆਧਾਰ ਬਣਾਇਆ ਹੋਇਆ ਉਹਨਾਂ ਨਾਲ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ ਸੋਢੀ ਸਾਹਿਬ ਇੱਕ ਵਾਰ ਫਿਰ ਸਵਾਗਤ ਮੋਨਿਕਾ ਜੀ ਤੁਹਾਡਾ ਵੀ ਸਤਿ ਸ਼੍ਰੀ ਅਕਾਲ ਜੀ ਅੱਛਾ ਆਪਾਂ ਸ਼ੋਆਂ ਦੀ ਗੱਲ ਕਰੀਏ ਤਾਂ ਜਿੱਦਾਂ ਅਸੀਂ ਵੀ ਪਹਿਲਾਂ ਨਿੱਕੇ ਮੋਟੇ ਕਰਾਉਂਦੇ ਹੁੰਦੇ ਚੰਡੀਗੜ੍ਹ ਪ੍ਰੋਗਰਾਮ ਵਗੈਰਾ ਟੈਗੋਰ ਥੀਏਟਰ ਦੇ ਵਿੱਚ ਜੀ ਅਤੇ ਸ਼ੋਅ ਕਰਾ ਕੇ ਬੰਦਾ ਇੱਕ ਵਾਰੀ ਇਹ ਸੋਚਦਾ ਇੱਥੇ ਵੀ ਜਿੰਨੇ ਸ਼ੋਅ ਆ ਚਾਹੇ ਅਸੀਂ ਫਿਲਮਾਂ ਦੇ ਪ੍ਰੋਡਿਊਸਰਾਂ ਦੀ ਗੱਲ ਕਰ ਲਈਏ ਪਹਿਲਾਂ ਦੀ ਹੁਣ ਦੀ ਨਹੀਂ ਅਤੇ ਉਹ ਕਰਾ ਕੇ ਤਾਂ ਇਹੀ ਹੁੰਦਾ ਸੀ ਵੀ ਯਾਰ ਕੋਈ ਫਾਇਦਾ ਨਹੀਂ ਇਹਨਾਂ ਕੰਮਾਂ 'ਚ ਕੋਈ ਫਾਇਦਾ ਨਹੀਂ ਕੋਈ ਬਕਵਾਸ ਨਹੀਂ ਬਚਦਾ ਹੁਣ ਨਹੀਂ ਕਰਾਉਣੇ ਪਰ ਫੇਕ ਕਰਾਉਂਦੇ ਸੀ ਪਰ ਤੁਸੀਂ ਪਹਿਲੇ ਬੰਦੇ ਐਸੇ ਦੇਖੇ ਆ ਜਿਹੜੇ ਤੁਹਾਡੇ ਸ਼ੋਅ ਦੇ ਵਿੱਚ ਹਜੇ ਕਿੰਨਾ ਟਾਈਮ ਪਿਆ ਹੈਗਾ ਆਉਣ ਦੇ ਵਿੱਚ ਪਰ ਤੁਸੀਂ ਕਿਹਾ ਵੀ ਲੈ ਵੀ ਮੇਰਾ ਤਾਂ ਸਾਰਾ ਕੁਝ ਤਾਂ ਵਧੀਆ ਹੋ ਗਿਆ ਮੇਰਾ ਤਾਂ ਹਜੇ ਮਤਲਬ ਹੋਰ ਵੀ ਜਿੰਨਾ ਵਧੀਆ ਹੋ ਸਕਦਾ ਹੋ ਵੀ ਹੋ ਜਾਂਦਾ ਇਹਦੇ 'ਚ ਜਿਹੜੇ ਲੋਕ ਇੱਦਾਂ ਕਰਦੇ ਨੇ ਜਾਣੀ ਸਿੱਧੇ ਲਫ਼ਜ਼ 'ਚ ਕਿ ਮਰੂ ਮਰੂ ਕਰਦੇ ਨੇ ਉਹ ਇੱਦਾਂ ਕਿਉਂ ਕਰਦੇ ਸ਼ੋਅ ਬਿਜ਼ਨਸ ਦੇ ਵਿੱਚ ਚਾਹੇ ਉਹ ਫਿਲਮਾਂ ਗੱਲ ਕਰੇਗੀ ਇੱਥੇ ਜੀ ਸਾਡੇ ਜਿਹੜੇ ਸ਼ੋਅ ਪੰਜਾਬੀ ਸ਼ੋਆਂ ਦੇ ਵਿੱਚ ਆ ਅਤੇ ਕਈ ਸਾਡੇ ਪਿਆਰੇ ਦੋਸਤ ਜਿਹੜੇ ਕਿ ਇਹ ਕਹਿੰਦੇ ਨੇ ਕਿ ਅਸੀਂ ਤਾਂ ਸ਼ੋਅ ਜਿਹੜਾ ਆ ਕਰਾਈਦਾ ਆ ਸਿਰਫ ਆਪਣੀ ਕੀ ਵਰਡ ਮੈਂ ਯੂਜ਼ ਕਰਾਂ ਇਹਨੂੰ ਕਿ ਬਸ ਜੀ ਸਾਨੂੰ ਲੈਣਾ ਦੇਣਾ ਕੁਛ ਨਹੀਂ ਅਸੀਂ ਤਾਂ ਉੱਦਾਂ ਹੀ ਸ਼ੋਅ ਕਰਾ ਦੇਈਦਾ ਜੀ ਅਸੀਂ ਸਾਨੂੰ ਕੋਈ ਪੈਸਿਆਂ ਦੀ ਭੁੱਖ ਨਹੀਂ ਹੁੰਦੀ ਜੀ ਮੈਂ ਇਸ ਚੀਜ਼ ਨਾਲ ਬਹੁਤ ਜ਼ਿਆਦਾ ਸਹਿਮਤ ਨਹੀਂ ਹਾਂ ਜੀ ਕਿ ਜਿਹੜਾ ਸਾਡਾ ਪੈਸ਼ਨ ਆ ਉਹ ਇੱਕ ਆਪਣੀ ਜਗ੍ਹਾ ਦੇ ਉੱਤੇ ਹੈ ਅਤੇ ਜਿਹੜਾ ਇੱਕ ਸ਼ੋਅ ਬਿਜ਼ਨਸ ਹੈ ਜਦੋਂ ਅਸੀਂ ਕੋਈ ਮੂਵੀ ਡਾਇਰੈਕਟ ਕਰਦੇ ਹਾਂ ਜਦੋਂ ਅਸੀਂ ਕੋਈ ਮੂਵੀ ਦੇ ਪ੍ਰੋਡਿਊਸਰ ਡਾਇਰੈਕਟਰ ਐਕਟਰ ਚੂਜ਼ ਕਰਦੇ ਹਾਂ ਜੀ ਉਹ ਸਾਰਿਆਂ ਨੂੰ ਪੇ ਕਰਦੇ ਹਾਂ ਤਾਂ ਜਾ ਕੇ ਮੂਵੀ ਬਣਦੀ ਹੈ ਬਿਲਕੁਲ ਬਿਲਕੁਲ ਇੱਦਾਂ ਹੀ ਸਾਡਾ ਸ਼ੋਅ ਬਿਜ਼ਨਸ ਆ ਜੀ ਜਦੋਂ ਅਸੀਂ ਸ਼ੋਅ ਨੂੰ ਤਿਆਰ ਕਰਦੇ ਹਾਂ ਉਹਦੇ 'ਚ ਕਲਾਕਾਰ ਨੂੰ ਬੁੱਕ ਕਰਦੇ ਹਾਂ ਕਲਾਕਾਰ ਦਾ ਹਿੱਸਾ ਉਹਦੇ ਪੈਸੇ ਜੀ ਸ਼ੋਅ ਦਾ ਹਾਲ ਬੁੱਕ ਕਰਦੇ ਹਾਂ ਉਹਨਾਂ ਦੇ ਪੈਸੇ ਉੱਥੇ ਜਿਹੜੀਆਂ ਵੀ ਚੀਜ਼ਾਂ ਹੋਟਲ ਦਾ ਰਹਿਣਾ ਸਹਿਣਾ ਆਉਣਾ ਜਾਣਾ ਹਰ ਚੀਜ਼ 'ਤੇ ਪੈਸਾ ਲੱਗਦਾ ਅਤੇ ਜਿਹੜਾ ਸ਼ੋਅ ਬਿਜ਼ਨਸ ਆ ਬੇਸਿਕਲੀ ਇਹ ਬਿਜ਼ਨਸ ਆ ਇਹ ਕੋਈ ਮਨੋਰੰਜਨ ਇਕੱਲਾ ਨਹੀਂ ਹੈਗਾ ਇਹ ਬੜਾ ਵੱਡਾ ਫੈਕਟ ਆ ਜੀ ਆਰਗਨਾਈਜ਼ਰ ਨੂੰ ਬੜਾ ਕੁਛ ਦੇਖਣਾ ਹੁੰਦਾ ਹੈ ਕਲਾਕਾਰ ਸਟੂਡੀਓ ਮਿਊਜ਼ਿਕ ਟੀਵੀ ਰੇਡੀਓ ਲੋਟਸ ਆਫ ਐਡਾਂ ਚੱਲਣੀਆਂ ਨੇ ਕਲਾਕਾਰ ਨੂੰ ਉਠਾਉਣਾ ਜਿਹੜੇ ਸਪੋਂਸਰ ਆ ਉਹਨਾਂ ਨੂੰ ਇੰਟਰਟੇਨਮੈਂਟ ਕਰਨਾ ਹੈ ਸਪੋਂਸਰਾਂ ਦੀਆਂ ਬਹੁਤ ਸਾਰੀਆਂ ਖੁਆਇਸ਼ਾਂ ਹੁੰਦੀਆਂ ਤੂੰ ਆਰਗਨਾਈਜ਼ਰ ਆ ਕਰੇ ਆਰਗਨਾਈਜ਼ਰ ਆ ਕਰੇ ਇਹ ਬਹੁਤ ਸਾਰੀਆਂ ਚੀਜ਼ਾਂ ਜੱਗੀ ਸਾਹਿਬ ਜਿਹੜੇ ਵਿੱਚ ਕਿ ਆਰਗਨਾਈਜ਼ਰ ਨੂੰ ਹਰ ਚੀਜ਼ ਨੂੰ ਹੈਂਡਲ ਕਰਨਾ ਪੈਂਦਾ ਇਹ ਬਹੁਤ ਹੀ ਪਿਆਰਾ ਬਿਜ਼ਨਸ ਮੈਨੂੰ ਤਾਂ ਬੜਾ ਪਿਆਰਾ ਲੱਗਦਾ ਬਟ ਕਈ ਲੋਕ ਇਸ ਬਿਜ਼ਨਸ ਨੂੰ ਡਿਫਰੈਂਟ ਵੇ ਨਾਲ ਸੋਚਦੇ ਆ ਬਟ ਮੈਂ ਕਹਿੰਦਾ ਕਿ ਮੈਨੂੰ ਵਾਹਿਗੁਰੂ ਨੇ ਇਸ ਕਾਬਲ ਬਣਾਇਆ ਕਿ ਜਿਹੜੇ ਲੋਕ ਮੇਰੇ ਸ਼ੋਅ 'ਚ ਆਉਂਦੇ ਆ ਉਹ ਇੰਜੋਏ ਕਰਦੇ ਆ ਅਤੇ ਇੰਟਰਟੇਨਮੈਂਟ ਕਰਦੇ ਆ ਅਤੇ ਇੰਟਰਟੇਨਮੈਂਟ ਇੱਕ ਦੁਨੀਆ ਦਾ ਹਿੱਸਾ ਜਿਹਦੇ ਨਾਲ ਅਸੀਂ ਜੁੜੇ ਹੋਏ ਹਾਂ ਜੀ ਇਹ ਅਸੀਂ ਕਰਦੇ ਰਹਾਂਗੇ ਇੰਟਰਟੇਨਮੈਂਟ ਲੋਕਾਂ ਨੂੰ ਕਰਾਉਂਦੇ ਰਹਾਂਗੇ ਜੀ ਜੀ ਹਾਲਾਂਕਿ ਤੁਸੀਂ ਬੜਾ ਲੰਬਾ ਜੇ ਅਸੀਂ ਸਫ਼ਰ ਦੇਖੀਏ 777 ਐਂਟਰਟੇਨਮੈਂਟ ਦਾ ਜ਼ਿਆਦਾ ਲੰਬਾ ਸਫ਼ਰ ਨਹੀਂ ਹੈਗਾ ਜੀ ਜੇ ਅਸੀਂ 2014-15 ਦੀ ਵੀ ਗੱਲ ਕਰੀਏ ਤਾਂ 7-8 ਸਾਲ ਹੀ ਹੋ ਪਰ 7-8 ਸਾਲ ਦੇ ਵਿੱਚ ਜਿੰਨੀ ਤੁਸੀਂ ਤੁਹਾਡੀ ਵੈਲਿਊ ਬਣੀ ਆ ਮਾਰਕੀਟ ਦੇ ਵਿੱਚ ਜਾਂ ਜਿੰਨਾ ਤੁਸੀਂ ਸਟੈਬਲਿਸ਼ ਹੋਏ ਹੋ ਮੇਰਾ ਖਿਆਲ ਜਿਹੜੇ 25-25-30-30 ਸਾਲ ਪੁਰਾਣੇ ਪ੍ਰਮੋਟਰ ਹੈਗੇ ਨੇ ਉਹਨਾਂ ਨਾਲੋਂ ਜ਼ਿਆਦਾ ਇੱਕਦਮ ਇੰਨੀ ਫਾਸਟ ਸਪੀਡ ਦੇ ਨਾਲ ਸਟੈਬਲਿਸ਼ ਹੋਣ ਦਾ ਕੀ ਕਾਰਨ ਆ ਕੀ ਮਤਲਬ ਕਹਿ ਸਕਦੇ ਗਿੱਦੜ ਸਿੰਘ ਜੀ ਜਾਂ ਕੁੰਡੀ ਕੀ ਆ ਇਹਦੇ ਇਹ ਬਹੁਤ ਵਧੀਆ ਤੁਸੀਂ ਕੁਐਸਚਨ ਬਹੁਤ ਵਧੀਆ ਕੀਤਾ ਜੀ ਸਭ ਤੋਂ ਵੱਡਾ ਜਿਹੜਾ ਇੰਟਰਟੇਨਮੈਂਟ ਦੇ ਵਿੱਚ ਜਦੋਂ ਅਸੀਂ ਸ਼ੋਅ ਕਰਦੇ ਹਾਂ ਜੀ ਸਾਡਾ ਸਭ ਤੋਂ ਵੱਡਾ ਜਿਹੜਾ ਰੋਲ ਆ ਸ਼ੋਅ ਦੇ ਵਿੱਚ ਆਰਗੇਨਾਈਜ਼ਰ ਨੂੰ ਸਪੋਰਟ ਚਾਹੀਦੀ ਹੁੰਦੀ ਹੈ ਸਪੋਂਸਰ ਦੀ ਜੀ ਸਪੋਂਸਰ ਤੋਂ ਬਗੈਰ ਤੁਸੀਂ ਸ਼ੋਅ ਨਹੀਂ ਕਰ ਸਕਦੇ ਬਿਲਕੁਲ ਜਿੱਦਾਂ ਮੈਂ ਸ਼ੁਰੂਆਤ ਕਰਾਂਗਾ ਤੁਹਾਡੇ ਤੋਂ ਕਿ ਹੁਣ ਅਸੀਂ ਸ਼ੋਅ ਲੈ ਕੇ ਆਏ ਹਾਂ ਅਤੇ ਜਦੋਂ ਤੁਸੀਂ ਸਾਡਾ ਵੈਲਕਮ ਕੀਤਾ ਪੈਣੀ ਸੰਧੂ ਹੁਣਾਂ ਨੇ ਸਾਡਾ ਵੈਲਕਮ ਕੀਤਾ ਹੈ ਜਸ ਪੰਜਾਬੀ ਨੇ ਸਾਨੂੰ ਐਕਸਕਲੂਸਿਵ ਪਾਰਟਨਰ ਸਾਡੇ 'ਚ ਬਣੇ ਹੋ ਆ ਕੇ ਜੀ ਸਾਡੇ ਤੁਸੀਂ ਸ਼ੋਅ ਨੂੰ ਪ੍ਰਮੋਟ ਕਰ ਰਹੇ ਹੋ ਸਾਡਾ ਸਾਥ ਦੇ ਰਹੇ ਹੋ ਇਹ ਤਾਂ ਕਪਲ ਆਫ ਡਾਲਰ ਦਾ ਖਰਚਾ ਨਹੀਂ ਹੈ ਹਜ਼ਾਰਾਂ ਡਾਲਰਾਂ ਦਾ ਖਰਚਾ ਜੀ ਆਲਮੋਸਟ ਅਗਰ ਮੈਂ ਛੋਟਾ ਜਿਹੀ ਗੱਲ ਵੀ ਕਰਾਂ ਤਾਂ $5,000 ਮਹੀਨੇ ਦਾ ਵੀ ਲੈ ਕੇ ਚੱਲਾਂ ਅਤੇ 2 ਮਹੀਨੇ ਤੁਸੀਂ ਮੇਰੀ ਜਿਹੜੀ ਮੇਰੇ ਸ਼ੋਅ ਦੀ ਐਡ ਕਰ ਰਹੇ ਹੋ $10,000 ਹੈ ਜਿਹੜੀ ਤੁਸੀਂ ਸਾਨੂੰ ਇੱਕ
सपोर्ट करते हो बिल्कुल तुहाड़ी सपोर्ट तो बगैर स्पोंसर जिहड़े ने उन्हां दी सपोर्ट तो बगैर शो नहीं हुंदे जी जिहड़ा मेरा हिट होण दा कंसैप्ट आ जी सब तो पहला मैं जिद्दन शो शुरू कीते अज मैं अपने सत श्री अकाल ताज जी नूं कहूँगा ताज रंधावा साहब रीमैक्स रियल स्टेट दे विच ने जी कमर्शियल उन्होंने पहले दिन तो मेरे पहले शो नूं स्पोंसर किया अज मेरा अठवां शो मतलब सारे शोआं च अठ शो उन्होंने मेरे स्पोंसर किए हैं जी तो मैं याद है कि मैं जिद्दन शो अजे मेरा वैन्यू भी नहीं डन होया सी आपां सरताज की गल करते हैं हाँ मैं ताज भाजी नूं फोन किया मैं कहा ताज भाजी सत श्री अकाल ते मैं तुहाडे शहर शो कराउण आ रहा सतेंद्र सरताज दा फ्रिजनो च जी बड़े हैरान होए मैनूं दे कि तुसीं तां बे एरिया च रहिंदे हो तुसीं फ्रिजनो दे विच शो कराउण आ रहे हो मतलब मैं समझिया नहीं ते मैं कहा जी सानूं अपना ना मैं जिन्ना क मतलब कैलकुलेट किया बे एरिए नालों सरताज या पंजाबी सभ्याचारक फ्रिजनो च बहुत ज़्यादा प्यार हैगा उन्हां दा बिल्कुल ते मैं कहा जी कि मेरा मतलब मन कर गया अंदरों पता नहीं कित्थों बाबा जी दी आवाज़ आई है कि फ्रिजनो च शो करना जी ते मैनूं कहिंदे जी आया नूं जदों मर्जी आ जाओ ते पहला तो मैं ताज भाजी तुहानूं बहुत बहुत वधाई दिंदा तुसीं परसों टैक्सस दे विच हॉलीडे इन होटल लिया बड़ा वड्डा ते उन्हां बहुत बहुत उन्होंने अचीवमेंट की हॉलीडे इन होटल लिया जी सो उहदी तुहानूं बहुत बहुत वधाई होवे ताज भाजी ते बाकी ताज जी साडे पहले स्पोंसर आए जी जिन्हां ने साडा वैलकम किया उन्हां दे नाल दूजे नंबर ते सानूं अलैक्सजेंडर मोहनजीत सिंह चीमा भाजी ने सानूं प्यार बहुत प्यार दित्ता तीसरे नंबर से सानू ईजी फास्ट एंड ईजी वाले ने वोरा ब्रदर्स जी विनय वोरा साहब एंड विक्रम वोरा साहब दोनों भरावान ने सानू बहुत मान सत्कार दिता बहुत प्यार दिता है साढ़े इदा पहले नंबर तो ताज जी ने शुरुआत करते हुए तीन स्पोंसर मेरे नाल जोड़े जिहड़ा मैं तुहाडा बहुत बहुत धन्यवादी हाँ तो तीजे स्पोंसर तो बाद सानू चौथी कॉल आई है जी साडी दोस्त सीगे साडे पुराने सानू मिले तकरीबन 6 साल बाद मुलाकात हुई साडी 6 साल बाद जी वो कहिंदे यार तुसीं साडे शहर च शो करा रहे हो उन्होंने जी नवी कंपनी लॉन्च की है डैम डील के नाँ के उत्ते उन्होंने नाम है जी नानू सोता जी तो 6 साल बाद उन्होंने मैं फोन पर कॉल आई तो मैं कहते जी असं तुहाडे शो नूं स्पोंसर करना चाहते हैं जी तो साडे चौथे ग्रैंड स्पोंसर वो आए हैं जी तो पंजवें ग्रैंड स्पोंसर ने जी मैं कॉल की मैं जरूर तुहाडे नाल उन्हां दा नाम भी शेयर करना चाहूँगा जशन सिंह होना की जी कंपनी हैगी है GST ट्रकिंग परमिट वाले तो उन्होंने मैनू फोन किया तो फोन करके कहते सत श्रीकाल एडी सोडी साहब मैं जी सत श्रीकाल कहते जी मैं जशन सिंह बोल रहा जशन शेर सिंह जी मैं बोल रहा कहते मेरी जो उन्होंने गल हुई तो कहते जी मैं जी मैं नहीं पछाणिया तो जंग शेर नाम है जी जंग शेर ना ही बड़ा डिफिकल्ट जहा शेर और जंग दो चीज दोनों चीजें इन्हों की कंपनी नाम है जी GST ट्रकिंग परमिट से इन्हों की कंपनी नाम है इन्होंने मैंने फोन किया जी बड़ी हैरानगी होगी गल सुन के तुम कहते मैं जी मैं तुम्हें पछाने नहीं कहता मैं पछाणोगे भी नहीं कि मैं तकरीबन ऑलमोस्ट 8 साल का तुम फेसबुक से फॉलो कर रहा जी बड़ी हैरानगी की गल कहते मैं 8 साल तो तुम फेसबुक से फॉलो कर रहा तुम अपनी वाइफ को कि कार लैके दें एनिवर्सरी से फादर डे से बच्चे की लैके दें मतलब मैं तुम्हें 8 साल तो सब कुछ देख रहा जी मैं क्या भाजी मैं लगता मेरी कभी फोटो नहीं लाइक की अच्छा जी बड़े हस के कहते नहीं भाजी मैं फेसबुक से तुम सिर्फ फॉलो करता लाइक मैं किसी की फोटो नहीं करता जी कहता जी मैं तुम्हें स्पोंसर करना चाहना मैं भी ग्रैंड स्पोंसर आना चाहना इदा जी मैनू पंजवें ग्रैंड स्पोंसर मिले साड़ी एक बहुत ही प्यारी जोड़ी है साड़ी फ्रिजनो दे विच राजवंत कौर अबेदी एंड तारक अबेदी साहब जी इन्हों का जी माउंटेन माइक पीज़ा के नाँ के उत्ते इन्होंने अज की डेट चलिए 9 लोकेशन है फ्रिजनो बड़ी अच्छा उन्हों का बिजनेस है लॉग बिजनेस बड़ा अच्छा बिजनेस है ये साढ़े अज पहला वो गोल्ड स्पोंसर से गए अज उन्होंने भी हामी करी है जी मैनू भी ग्रैंड स्पोंसर ही लैके आओ तो अज साढ़े वो भी ग्रैंड स्पोंसर हो गए जी साढ़े तो साढ़ा 6वां ग्रैंड स्पोंसर अज हो गए हैं साढ़े वो तो बाकी वाहेगुरू की कृपा दे नाल बहुत सारे साडे गोल्ड स्पोंसरस ने जिस यंग एक्सपलोरर नाम है जी साडा लिमोजिन वाली कंपनी वाले जिहड़े साडे हैगे ने यंग किड्स ते साडे नाल जिहड़े लिमो कंपनी वाले RJ ट्रैवल्स ते एक्सट्रीम पीज़ा वाले जी ये साडे नाल जुड़े ने ते बड़ा मैं इन्हां दा भी धन्नवाद करदा हां यंग चैंपियंस वालियां दा जी ते मैं एक होर बहुत ही प्यारा नाम है जी मेरा जिहड़े मेरे बड़े क्लोज ने जिहड़े मेरे लिए 24 घंटे अद्धी रात नूं भी खड़े ने वो भी मैं तुहाडा जरूर नाम शेयर करांगा जी डॉक्टर हरमेश कुमार ये बड़े प्यारे डॉक्टर ने जी 30 साल की प्रैक्टिस इन्हां दी ऑलरेडी हो चुकी है डॉक्टर हरमेश कुमार हुणा दी ये कोंकड़ च रहिंदे ने ते पॉलिटिशियन भी ने ये ऑलवेज मैनूं जदों भी कोई भी चीज़ करनी होवे ये ऑलवेज तैयार रहिंदे ने मेरे नाल इन्हां दी साह फाउंडेशन दे नाँ दे उत्ते नॉन प्रॉफिट भी है जी
हाँ जी बहुत बहुत इधर चक के देख सकते हैं सुरी साहब मेरे ख्याल काफ़ी औखे नाले तो सरताज साहब की फोटो आ देखो दिसेगी साढ़े दर्शकों स्पॉन्सर नाम पढ़ने जी सारे स्पॉन्सर ने जी ताज रंधावा साहब स्पॉन्सर है जी साढ़े उस तो बाद बोरा ब्रदरस तीसरे नंबर से साढ़े जी मोहनजी चीमा साहब तो उस तो बाद जी एस टी ट्रकिंग डैम डील नानू सोता जी तो ये सारे साढ़े ग्रैंड स्पॉन्सर राजवंत बेदी जी हाँ जी ये भी एक कमाल की गल है जी कि आम तौर पर स्पॉन्सरों को फोन करना पैंता फोन कर करके लभने पेंदे आ पर थोड़े को आप फोन करते हैं एक तुहाडा प्यार मेरे तो देखो जी फ्रिज नूं दा बहुत प्यार है जी मैनू तो अजे तक ऑलमोस्ट रब की दया नाल वाहिगुरू की कृपा नाल मेरे ऑलमोस्ट 8-9 स्पॉन्सर होर ग्रैंड रेडी ने जिहड़े कहिंदे आओ तो चैक लैके जाओ जी बड़ा प्यार मिलिया जी फ्रिज नूं बड़ा प्यार मिलिया ते अच्छा असीं टिकटां दी भी गल कर लईए टिकटां वैसे तो तुसीं जिवें दस्सिया भी तड़ातड़ जाई जांदियां फिर भी किसी ने जे टिकटां लैणियां होण शो दियां ते उह तुहानूं संपर्क करन जां ऑनलाइन जाके मैं इक्को ही राय देवांगा जी सारिआं नूं कि जिहड़ा बेस्ट तरीका आ बेसिकली फ्रिज नूं कहिंदे आ कि फ्रिज नूं वाले ऑनलाइन टिकटां नहीं लैंदे पर मैं हुण देखिआ कि माहौल चेंज हो गया साडीआं sulekha.com दे उत्ते जी October 30th पाउंगे sulekha.com ते जाके उत्थे टिकटां हैगीआं ने ਤੁਸੀਂ ਜਿਹੜੀ ਵੀ ਟਿਕਟ ਲੈਣਾ ਚਾਹੋ $45 ਤੋਂ ਲੈ ਕੇ $45 ਤੋਂ ਲੈ ਕੇ $500 ਤੱਕ ਦੀ ਟਿਕਟ ਹੈ 500 ਵਾਲੀਆਂ ਤਾਂ ਆਲਮੋਸਟ ਸਾਰੀਆਂ ਸੋਲਡ ਹੋ ਗਈਆਂ ਨੇ 350 ਵਾਲੀਆਂ ਵੀ ਸੋਲਡ ਹੋ ਗਈਆਂ ਨੇ ਅਤੇ 250 ਵਾਲੀਆਂ ਵੀ ਆਲਮੋਸਟ ਸੋਲਡ ਹੋ ਗਈਆਂ ਨੇ ਮਤਲਬ ਬੇਸਿਕ ਸ਼ੋਆਂ ਦੇ ਵਿੱਚ ਪਿੱਛੋਂ ਸ਼ੋਅ ਵਿਕਣਾ ਸ਼ੁਰੂ ਹੁੰਦਾ ਜਾਂ ਅੱਗੋਂ ਵਿਕਣਾ ਸ਼ੁਰੂ ਹੋਇਆ ਇਹ ਵੈਸੇ ਇਹ ਵੀ ਪਹਿਲੀ ਵਾਰ ਹੋਇਆ ਇਹ ਪਹਿਲੀ ਵਾਰ ਅਸੀਂ ਜਦੋਂ ਮੇਰੀ ਲਾਈਫ 'ਚ ਇਹ ਪਹਿਲੀ ਵਾਰ ਅਸੀਂ ਬਹੁਤ ਸ਼ੋਅ ਕੀਤੇ ਜਿੱਦਾਂ ਹੁਣ ਬਾਹਰ ਜਾਣ ਦਾ ਮੌਕਾ ਮਿਲਿਆ 22-23 ਕੰਟਰੀ ਦੇ ਵਿੱਚ ਸ਼ੋਅ ਕਰਨ ਦਾ ਅਤੇ ਅਕਸਰ ਇਹੀ ਦੇਖੀਦਾ ਜੋ ਪਹਿਲਾਂ ਚੱਲ ਜਾਏ ਪ੍ਰਮੋਟਰ ਕੋਲ ਫਿਰ ਗਿਣਦੇ ਸੀ ਯਾਰ ਕਿਹਨੂੰ ਟਿਕਟਾਂ ਦਈਏ ਕਿਹਨੂੰ ਦਈਏ ਕਿਹਨੂੰ ਜਾਣੇ ਜੀ ਅਨਾਊਂਸ ਕਰੀਏ ਕਿਹ ਕੋ ਜਾਈਏ ਹਾਂ ਸਟੇਜਾਂ ਉਹਦੇ ਮਤਲਬ ਸਟੋਰਾਂ 'ਤੇ ਰੱਖੀਏ ਟਿਕਟਾਂ ਸਟੋਰ 'ਤੇ ਪਤਾ ਕਰਨ ਗਏ ਉਹ ਕਹਿੰਦੇ ਨੇ ਜੀ 4 ਹੀ ਵਿਕੀਆਂ ਤਾਂ ਉਹ ਕਹਿੰਦੇ ਵੀ ਕੀ ਕਾਰਨ ਹੈ ਕਿਉਂ ਨਹੀਂ ਵਿਕਦੀਆਂ ਕਹਿੰਦੇ ਜੀ ਨਹੀਂ ਜੀ ਲੋਕ ਕਹਿੰਦੇ ਵੀ ਲਾਸਟ ਮੂਮੈਂਟ 'ਤੇ ਟਿਕਟਾਂ ਲਵਾਂਗੇ ਆਮ ਤੌਰ 'ਤੇ ਲਾਸਟ ਮੂਮੈਂਟ 'ਤੇ ਨਹੀਂ ਜੀ sulekha.com 'ਤੇ ਟਿਕਟਾਂ ਪਈਆਂ ਨੇ ਜੀ ਮੈਂ ਤਾਂ ਸਾਰੇ ਸਰੋਤਿਆਂ ਨੂੰ ਇਹ ਕਹੂੰਗਾ ਜਿਨ੍ਹਾਂ ਨੂੰ ਟਿਕਟਾਂ ਚਾਹੀਦੀਆਂ ਨੇ ਡਾਇਰੈਕਟ sulekha.com 'ਤੇ ਜਾਓ 30 ਅਕਤੂਬਰ ਨੂੰ ਨਾਊਟ ਕਰੋ ਸਰਤਾਜ ਦਾ ਸ਼ੋਅ ਦੇ ਵਿੱਚ ਉੱਥੇ ਟਿਕਟਾਂ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਚੂਜ਼ ਕਰ ਸਕਦੇ ਹੋ ਜਿਹੜੇ ਪੈਸਿਆਂ ਦੀ ਜਿੰਨੇ ਵਾਲੀ ਟਿਕਟ ਚਾਹੀਦੀ ਹੈ ਉਹ ਟਿਕਟ ਨੂੰ ਕਲਿੱਕ ਕਰੋ ਜਿੰਨੀਆਂ ਟਿਕਟਾਂ ਚਾਹੀਦੀਆਂ ਉੱਥੇ ਜਾ ਕੇ sulekha.com 'ਤੇ ਬੁੱਕ ਕਰੋ ਅਤੇ ਬਾਕੀ ਕਿਸੇ ਨੇ ਸਪੌਂਸਰਸ਼ਿਪ ਕਰਨੀ ਹੈ ਤਾਂ ਡੈਫੀਨੇਟਲੀ ਮੈਨੂੰ ਕਾਲ ਕਰੋ ਜੀ ਅਤੇ ਇਹ ਜਿਹੜੀਆਂ ਟਿਕਟਾਂ ਦੀ ਆਪਾਂ ਗੱਲ ਕੀਤੀ ਸੀਟ ਸੂਟ ਵੀ ਚੂਜ਼ ਹੋ ਜਾਂਦੀ ਆ ਆਪਣੇ ਹਾਂਜੀ ਉੱਥੇ ਬਕਾਇਦਾ ਸੀਟਾਂ ਜੀ ਜਿਹੜੀਆਂ ਸੀਟਾਂ ਦੇ ਨਾਲ ਪੈਸੇ ਲਿਖੇ ਹੋਏ ਨੇ ਉੱਥੇ ਸੀਟਾਂ 'ਤੇ ਜਾ ਕੇ ਕਲਿੱਕ ਕਰੋ ਜਿੱਦਾਂ ਕਿ ਅਸੀਂ $45 ਦੀ ਸੀਟ ਲੈਣੀ ਹੈ ਅਤੇ ਪਿੱਛੇ ਜਿਹੜੀ CC ਜਾਂ DD ਨੰਬਰ ਲੱਗੇ ਨੇ ਉੱਥੇ ਜਾ ਕੇ ਸੀਟਾਂ 'ਤੇ ਕਲਿੱਕ ਕਰੀ ਜਾਓਗੇ ਅਤੇ ਟਿਕਟਾਂ ਬੁੱਕ ਹੋਈ ਜਾਣਗੀਆਂ ਤਾਂ ਇੱਕ ਪਾਸੇ ਪੈਸੇ ਆ ਜਾਣੇ ਕਾਰਡ ਤੋਂ ਪੈਸੇ ਪੇ ਕਰੋ ਤਾਂ ਟਿਕਟਾਂ ਤੁਹਾਡੀਆਂ ਅਤੇ ਵਿਲਕੋਲ ਤੋਂ ਟਿਕਟਾਂ ਦੀ ਸਾਡੇ ਤੋਂ ਕਲੈਕਟ ਕਰ ਲੈਣੀਆਂ ਅਤੇ ਅੱਛਾ ਜਿਵੇਂ ਅਸੀਂ ਕਿਹਾ ਵੀ ਕਾਫੀ ਕੁਝ ਚੇਂਜ ਹੋ ਗਿਆ ਇੱਕ ਹੁਣ ਕੋਵਿਡ ਤੋਂ ਬਾਅਦ ਲੋਕ ਫਟਾਫਟ ਬਾਹਰ ਨਿਕਲੇ ਨੇ ਈਵੈਂਟਸ ਨੂੰ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਈਵਨ ਪੰਜਾਬੀ ਫਿਲਮਾਂ ਨੂੰ ਬੜਾ ਭਰਮਾ ਹੁੰਗਾਰਾ ਮਿਲ ਰਿਹਾ ਉਸ ਤੋਂ ਬਾਅਦ ਅਤੇ ਇਹ ਜਿਵੇਂ ਇਸ ਈਵੈਂਟ ਦੀ ਅਸੀਂ ਗੱਲ ਕਰੀਏ ਸਰਤਾਜ ਦੀ ਈਵੈਂਟ ਦੀ ਅਸੀਂ ਗੱਲ ਕਰ ਲਈਏ ਚਾਹੇ ਗੁਰਦਾਸ ਮਾਨ ਦੀ ਗੱਲ ਕਰ ਲਈਏ ਇੱਕ ਤਕਰੀਬਨ ਵੱਖਰੀਆਂ ਈਵੈਂਟਸ ਗਿਣੀਆਂ ਜਾਂਦੀਆਂ ਬਾਕੀਆਂ ਨਾਲੋਂ ਜੀ ਅਤੇ ਇਹਦਾ ਫਿਰ ਸਕਿਉਰਿਟੀ ਵਗੈਰਾ ਦਾ ਪ੍ਰਬੰਧ ਕਰਨਾ ਪੈਂਦਾ ਜਾਂ ਨਹੀਂ ਲੋਕ ਆਉਂਦੇ ਇੱਦਾਂ ਦੀ ਲੋੜ ਨਹੀਂ ਪੈਂਦੀ ਵੀ ਸਿਆਣੇ ਨੇ ਲੋਕ ਅਤੇ ਕੋਈ ਇੱਦਾਂ ਦੀ ਗੱਲ ਹੁੰਦੀ ਨਹੀਂ ਨਹੀਂ ਜੀ ਦੇਖੋ ਜਿਹੜਾ ਪੰਜਾਬੀ ਸ਼ੋਅ ਹੈ ਜਾਂ ਤੁਸੀਂ ਬਾਲੀਵੁੱਡ ਦਾ ਕਰ ਲਓ ਜਾਂ ਪੋਲੀਵੁੱਡ ਦਾ ਕਰ ਲਓ ਜਾਂ ਤੁਸੀਂ ਹਾਲੀਵੁੱਡ ਦਾ ਸ਼ੋਅ ਕਰ ਲਓ ਜੀ ਸ਼ੋਅ ਕੋਈ ਵੀ ਕਰ ਲਓ 2-5% ਤੱਕ ਸ਼ਰਾਰਤੀ ਤੱਤਵ ਹਰ ਸ਼ੋਆਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਸ਼ਰਾਬ ਪੀਣ ਤੋਂ ਬਾਅਦ ਖਿਲਾਰਾ ਪਾਉਣਾ ਹੁੰਦਾ ਸੋ ਸਿਕਿਉਰਿਟੀ ਦਾ ਇੰਤਜ਼ਾਮ ਬਹੁਤ ਜ਼ਰੂਰੀ ਹੈ ਕਿਉਂਕਿ ਸਿਕਿਉਰਿਟੀ ਤੋਂ ਬਗੈਰ ਸਾਡੀਆਂ ਫੈਮਿਲੀਆਂ ਸਿਕਿਉਰ ਨਹੀਂ ਹੁੰਦੀਆਂ ਅਤੇ ਮੈਂ ਆਪਣੇ ਜਿੰਨੇ ਵੀ ਸਰੋਤੇ ਨੇ ਮੇਰੇ ਕਿਤੇ ਜਿਵੇਂ ਬੇਰੀਏ 'ਚ ਸ਼ੋਅ ਕੀਤੇ ਅਮਰਿੰਦਰ ਗਿੱਲ ਦਾ ਕੀਤਾ ਦਿਲਜੀਤ ਦਾ ਕੀਤਾ ਬਹੁਤ ਸਾਰੇ ਪੰਜਾਬੀ ਸ਼ੋਅ ਕੀਤੇ ਅਸੀਂ ਆਲਵੇਜ਼ ਸਿਕਿਉਰਿਟੀ ਦਾ ਫੁੱਲ ਇੰਤਜ਼ਾਮ ਕਰਦੇ ਹਾਂ ਜੀ ਸਾਡਾ ਹੁਣ ਵੀ ਸਿਕਿਉਰਿਟੀ ਦਾ ਫੁੱਲ ਇੰਤਜ਼ਾਮ ਹੈ ਜੀ ਪ੍ਰਾਈਵੇਟ ਸਿਕਿਉਰਿਟੀ ਵੀ ਹੈ ਅਤੇ ਫ੍ਰਿਜਨੋ ਦੀ ਪੁਲਿਸ ਨੂੰ ਵੀ ਅਸੀਂ ਐਡ ਕੀਤਾ ਉਹਨਾਂ ਨੂੰ ਰਿਕੁਐਸਟ ਕਰਕੇ ਫ੍ਰਿਜਨੋ ਪੁਲਿਸ ਵੀ ਐਡ ਕੀਤੀ ਹੈ ਸਿਕਿਉਰਿਟੀ ਦਾ ਇੰਤਜ਼ਾਮ ਫੁੱਲ ਫਲੈਜ ਹੈ ਜੀ ਪਰਿਵਾਰਾਂ ਨੂੰ ਪੂਰੀ ਫੁੱਲ ਸਿਕਿਉਰਿਟੀ ਰਹੇਗੀ ਜੀ ਅਤੇ ਕਈ ਵੀ ਕਮਾਲ ਦੀ ਗੱਲ ਜਿਹੜੀ ਇਸ ਸ਼ੋਅ ਦੇ ਵਿੱਚ ਦੇਖਣ ਨੂੰ ਮਿਲੀ ਹੈ ਨਹੀਂ ਤਾਂ ਆਮ ਤੌਰ 'ਤੇ ਫ੍ਰਿਜਨੋ ਦੇ ਲੋਕ ਇਹ ਸੋਚ ਸਕਦੇ ਆ ਵੀ ਯਾਰ ਬਾਹਰੋਂ ਆ ਕੇ ਹੁਣ ਬੰਦਾ ਸਾਡੇ ਸ਼ਹਿਰ ਸ਼ੋਅ ਕਰਾਊ ਅਸੀਂ ਨਹੀਂ ਕਰਾ ਸਕਦੇ ਪਰ ਤੁਹਾਨੂੰ ਸਾਰਿਆਂ ਦਾ ਸਹਿਯੋਗ ਮਿਲਿਆ ਵੀ ਆਓ ਵੈਲਕਮ ਮਿਲਿਆ ਔਰ ਇਹ ਚੀਜ਼ ਅਗਰ ਸਾਰੇ ਹੋ ਜਾਏ ਇੱਕ ਦੂਜੇ ਨੂੰ ਪਿਆਰ ਮੁਹੱਬਤ ਨਾਲ ਕਰੀਏ ਤਾਂ ਆਪਣੇ ਪੰਜਾਬੀਆਂ ਦੇ ਵਿੱਚ ਬੜਾ ਇਹ ਚੀਜ਼ ਵੀ ਹੈਗੀ ਆ ਔਰ ਤੁਸੀਂ ਇਹ ਤੋਂ ਬਚੇ ਹੋਏ ਬੜੀ ਚੰਗੀ ਗੱਲ ਆ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਜ਼ਰੂਰ ਕਰਾਂਗਾ ਜੀ ਸਾਡੇ ਅਜੇ ਵੀ ਕੁਝ ਪਰਸੈਂਟ ਪੁਰਾਣੀ ਸੋਚ ਦੇ ਨਾਲ ਤੁਰੇ ਕੇ ਚੱਲਦੇ ਨੇ ਅਤੇ ਮਤਲਬ ਮੈਨੂੰ ਜੋ ਫ੍ਰਿਜਨੋ ਦਾ ਸੁਣਨ ਨੂੰ ਮਿਲਿਆ ਸੀਗਾ ਜੀ ਉੱਥੇ ਦੀ ਪੋਲੀਟਿਕਸ ਫਲਾਨਾ ਮੈਨੂੰ ਨਹੀਂ ਕੁਛ ਨਜ਼ਰ ਆਇਆ ਜੀ ਬਹੁਤ ਪਿਆਰ ਕਰਨ ਵਾਲੇ ਲੋਕ ਹੈ ਔਰ ਸਭ ਤੋਂ ਵੱਡੀ ਗੱਲ ਰੱਜੇ ਹੋਏ ਲੋਕ ਹੈ ਮਤਲਬ ਸਿਰਫ ਪਿਆਰ ਦੇ ਭੁੱਖੇ ਪੈਸਿਆਂ ਦੀ ਕੋਈ ਚੱਕਰ ਨਹੀਂ ਹੈ ਪੈਸਾ ਬਹੁਤ ਹੈ ਉਹਨਾਂ ਕੋਲ ਔਰ ਬੜਾ ਮਾਨ ਸਤਿਕਾਰ ਦਿੱਤਾ ਜੀ ਉਹਨਾਂ ਨੇ ਮੈਂ ਜਿਹੜੇ ਜਿਹੜੇ ਬੰਦੇ ਦਾ ਵੀ ਨਾਂ ਲਈ ਜਾਊਂਗਾ ਉਹ ਤੇ ਸ਼ੋਅ ਮੁੱਕ ਜਾਣਾ ਬੰਦਿਆਂ ਨਾਲ ਨਹੀਂ ਮੁੱਕਣਾ ਕਿ ਫ੍ਰਿਜਨੋ ਬਹੁਤ ਹੀ ਪਿਆਰਾ ਸ਼ਹਿਰ ਹੈ ਜੀ ਔਰ ਉੱਥੇ ਕੋਈ ਪੋਲੀਟਿਕਸ ਨਹੀਂ ਹੈ ਬੜੇ ਹੀ ਅੱਛੇ ਇਨਸਾਨ ਹੈ ਮੈਂ ਸਰਦਾਰ ਚਰਨਜੀਤ ਸਿੰਘ ਬਾਠੁਣਾ ਨੂੰ ਉੱਥੇ ਮਿਲਿਆ ਸੌਗੀ ਦੇ ਬਾਦਸ਼ਾਹ ਨੇ ਉਹਨਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਮੈਂ ਬਿੱਲੀ ਨਿੱਜਰ ਹੋਣਾ ਨੂੰ ਮਿਲਿਆ ਬਿਲ ਸਿੰਘ ਨਿੱਜਰ ਹੋਣਾ ਨੂੰ ਸੋਨੀਆ ਵਾਲੀਆ ਹੋਣਾ ਨੂੰ ਸੋਨੀਆ ਹੀਰ ਹੋਣਾ ਨੂੰ ਮਤਲਬ ਸਾਰਿਆਂ ਨੇ ਹੀ ਪਿਆਰ ਦਿੱਤਾ ਜੀ
जिन्ने भी सानू उत्थे बिग और समॉल ने सारे ने बड़ा प्यार दिता जी। बहुत वधिया गल्लां चल रही हैं। तो अगले हिस्से च असीं मोनिका जी तुहाडे नाल गलबात करांगे क्योंकि असीं तां दोनों बोली जाणे हुण तुहाडे भी विचार जाणने अगले हिस्से दे विच। ते पर फिलहाल एक ब्रेक जिहड़ी लैणी पैणी है। तुसीं इसे तरह जुड़ो, साडे घरां विच बैठे दर्शक जिहड़े ओह भी इसे तरह साडे नाल जुड़े रहिण। ब्रेक तो बाद असीं कुछ देर होर गल्लां बातां करांगे शोआं दीआं, पंजाबी सभ्याचार दीआं ते होर जनरल गल्लां बातां। तुसीं देखदे रहो जस पंजाबी, मिलदे हां ब्रेक तो बाद। हाजर जी, एक बार फिर ब्रेक तो बाद ते प्रोग्राम दी गलबात चल रही है, खास तौर पर सतेंद्र सरताज दे शो दी। 30 अक्तूबर नूं जिहड़ा टावर थिएटर फ्रेजनो दे विच हो रहा, ADCOD साहब 777 एंटरटेनमेंट ये करवा रहे हैं ते स्टूडियो दे विच आ गए। थोड़ी देर वास्ते होर इन्हां नाल गल करते हैं जी। मोनिका जी, तो हुण तुहाडी वारी आ जी। तुहाडा मतलब विआह तो पहलां भी एंटरटेनमेंट नाल कोई वाह वास्ता सीगा या नहीं? नहीं जी, नहीं पहले कोई नहीं सीगा, विआह तो पहला नहीं सीगा कोई। फिर जो इन्होंने फैसला किया शो कराने का तो फिर तुहाडा की रिएक्शन सीगा? नहीं आम तौर पर प्रॉब्लम होंगी कई तुहाडे तो कह रहे हो जी प्रॉब्लम कोई नहीं हैगी भी शोआ दे शो बिजनेस दे विच एक तो भाई दौड़ बहुत होंगी आ, एक बार अंदर बाहर रहना पैंदा शोआ दे विच। तो वह फिर तुहाडा की रिएक्शन सी जो इन्होंने कहा भी आपां कंपनी बना के हुण शो शुरू कर दे? जदों इन्हां दे गल कीती सी एज अ कंपनी वास्ते कि शो बिजनेस करना चाहते ने जी, ते उस टाइम मेरा ये रिस्पोंस सीगा, मेरा शुरू तो ही जदों दा विआह होया हर टाइम ते हर लाइफ दे किसी कह लो मोड़ दे उत्ते मैं ऑलवेज नाल खड़ी हाँ, हर जगह ते सपोर्ट करन वास्ते। और जदों इन्हां दा डिसीजन मेक होया कि एक कंपनी ओपन करना चाहते अपनी, तो दैन उस टाइम भी मैं इन्हों यो कहा कि तुसी रब का नाम लैके एक कंपनी नू ओपन करो जी, तो तुसी ये चीज़ दिलों करन जा रहे है कि हो तो तुहानू डेफिनेटली तुहाडी फैमिली की तो सपोर्ट मिलेगी मिलेगी और तुहानू पब्लिक भी लोगों की बहुत सपोर्ट मिलेगी। क्यों? क्योंकि एक ये नहीं है कि ये मेरे हसबेंड ने तो दैट्स वाई मैं गल कह रही हाँ, बट ही इज़ अ वेरी जेन्युइन परसन और दिल दे इन्ने साफ ने कि एक बार ये जिस चीज़ या जिस काम नू लेके चलते हैं दिलों चलते ने और दिलों हर बंदे दी रिस्पैक्ट करते हैं। और अगर आज इन्होंने इस काम नू तरक्की दे किते मोड़ ते पहुँचे ने और सिर्फ इसी करके पहुँचे हैगे ने क्योंकि इन्हों का दिल साफ है और जिहड़ा भी काम करते हैगे है वो इन्नी मेहनत और लगन के नाल करते हैं कि वह परमात्मा भी जदों तुहाडी मेहनत और लगन दोनों चीज़ां कट्ठियां हो जाए तो वह परमात्मा नाल आके खड़ा हो जाता है। दैट इज़ द रीज़न। वाह जी वाह। तो सोनी साहब तुम भी इन्नी तारीफ करो इन्ने लाभ जी। मैं तारीफ दे काबिल नहीं, ये वैसे ये एक चलो काम कार अपनी जगह एक सुनेहा बहुत वड्डा। हाँ जी, साढ़े मोस्टली जी कलाकारां दे परिवारां च कह लो प्रमोटरां दे परिवारां च कह लो हसबैंड वाइफ दे विच प्रॉब्लम ही यह आँदी है कि एक दूजे नूं समझ नहीं पाउंदे। वाइफ नूं आम साढ़े बहुत सारे दोस्त मित्र है ऐसे जिन्हां नूं वाइफ नूं प्रॉब्लम है नहीं जी उत्थे तुहाडे ते उत्थे फिर कुड़ियां आउंदियां ते ओह हुंदा ते बंदे नूं प्रॉब्लम नहीं तूं चल हुण असीं बैठना ते तूं चल तूं अपना काम कर घरे बैठ जा के रोटियां ला, पर तुहाडे च मैं शोआं दे विच विचरे असीं भी आए हाँ ते तुसीं इह नहीं भी बाद दे विच बंदिआं ने भई आपदे बैठना किते पार्टी करनी ते तुसीं घरे बैठे हो तुसीं सारे इकट्ठे हो, इक वड्डा वड्डा सुनेहा हैगा परिवारां वास्ते भी जे इदां दे कोई काम कर करदा ते उहनां नूं इह इह चीज़ां नूं इन्हां चीज़ां दूर होना पएगा। बिल्कुल, मैं एक जरूर मैसेज देना चाहूँगी जिन्हें भी मोटर्स ने वो चाहे नैशनल ने चाहे इंटरनेशनल ने जिन्हें भी उन्होंने घर के फैमिली मैंबरस है वो शो दे टाइम नॉट फॉर शो दे टाइम ऑल द टाइम हर वक्त और हर टाइम के उत्ते उन्होंने नाल खड़े होन और स्पैशली जिहड़ियां कि वाइफ्स ने अगर सब तो वड्डी सपोर्ट हसबेंड नूं दी वाइफ दी है जी, उहदे बच्चिआं दी भी बाद चो है उहदे भैण भरावां दी भी बाद चो है, जदों विआह तो बाद एक वाइफ दा वो कह लो रोल आ जांदा हैगा वो एक रोल मॉडल भी हुंदा है ते उहनूं सब तो पहले वध चढ़ के सपोर्ट करनी चाहीदी है। और नैवर एवर कदी ना ये सोचो कि ये शो दा टाइम है कि अगर वह बंदा एक ला ओपनली पब्लिक दे अग्गे एक वर्ल्ड वाइड कह लो या एक बहुत वड्डा एक शो बिजनेस करना इट्स नॉट अ ईजी जॉब, इट्स अ वेरी बिग जॉब हार्ड जॉब, ये बहुत सारिया चीज़ा आदियाँ है हर एक मोड़ दे उत्ते और उस टाइम वाइफ नू सब तो पहला अपने हसबेंड दे नाल खड़े होकर सपोर्टनी चाहिए है चाहे वह किसी भी फील्ड दे विच है। राइट नाउ आई एम वर्किंग इन न्यूयॉर्क लाइफ इंश्योरेंस कंपनी बट वो मेरा
एक मैं उस चीज़ में ज्वाइन किया और मैं उस अपने बिजनेस की बहुत रिस्पैक्ट कर दी हाँ रिगार्ड कर दी हाँ लेकिन उसके बावजूद वो मेरा एक पार्ट ऑफ लाइफ है लेकिन उस तो भी पहला मेरा पार्ट ऑफ लाइफ ये बनता है कि मैं अपने हसबेंड के नाल हर जगह के नाल चाहे वह कोई भी टाइम है उन्होंने नाल खड़ी होनी हाँ और हर जगह एज अ सपोर्टर लाइफ टाइम मैं उन्होंने सपोर्ट कर दी और मैं बाकी भी यही कहना चाहूँगी हर वाइफ अपने हसबेंड को सपोर्ट करे स्पेशली शो द टाइम प्रमोशन द टाइम अपने हसबेंड के नाल जाए और इस चीज़ को कभी ना सोचे कि शो विच समटाइम साढ़े वैलेंटाइनस मेरे हसबेंड शोज करवाते जो उन्होंने नाल बहुत सारिया सुपर मॉडल्स वेरी बिग मॉडल्स स्मॉल मॉडल्स सारिया उन्होंने नाल आके खड़िया होंदिया और उन्होंने नाल सपोर्ट कर दिया हेल्प करांदियां और मैं डेफिनेटली उस टाइम मेरी की ड्यूटी बनती है कि मैं उन्होंने नाल कह लो एज आ जो फूड का टाइम होंगे मेरा ये होंगे कि मेरे हसबेंड अगर उधर बिजी ने तो मैं फूड का अरेंजमेंट करवानी है कि किसी चीज़ की कमी नहीं होनी चाहिए क्योंकि जिहड़ियां मॉडल्स करवाइया होंदिया वो साडा फर्ज बनता उन्होंने टेक केयर करना जी और मेरे उस चीज़ को लैके अज तक मेरे हसबेंड के नाल कभी नहीं कोई गल हुई कि बहुत सारिया मॉडल्स मेरे हसबेंड दिया फैनस ने उन्होंने लाइक कर दियाँ बिकॉज वाय उन्होंने काम को लैके क्योंकि मेरे हसबेंड ऑलवेज उन्होंने ट्रीट करते हैं कि उन्होंने अज तक ही भी अगर कोई साढ़े शोज़ के रात के चार भी बज जाते हैं लेकिन कभी भी उन्होंने ये फील नहीं होया उन्होंने ऑलवेज ये फील हों कि फैमिली के अंदर बैठी हैं एक उन्होंने फैमिली वाला माहौल मिलता और सब तो वड्डी गल है कि मैं ये जरूर मैसेज देना चाहूँगी सबनों जिन्हें भी प्रमोटर्स दियाँ वाइफ्स है वो अपने हसबेंड सपोर्ट करन शो न सपोर्ट करन और जिन्हें गैसट आते हैं उन्होंने वैलकम करन और जिन्हें टीम वर्क है उन्होंने भी सपोर्ट करन और उन्होंने वैलकम कर अच्छा एक हम सवाल यह है भी हम तुम न्यूयॉर्क लाइफ वालों स्पॉन्सर के तौर पर बैठे हो हाँ जी सोडी साहब ने तुम की क्या दो गल् कही हो एक तो होगा भी कोई नहीं जी ठीक ठीक पैसे ला लो अपनी घर की गल है हाँ जी थोड़े को स्पॉन्सर के तौर पर या फिर तुम्हें यह क्या होगा भी नहीं जी ये तो अपने घर की गल है तो मैं जिन्हें वो कंपनी तो पैसे दवा सकती मैं वो दवाने नहीं नहीं गल बिल्कुल मैं एग्रीड हाँ उस चीज़ ना शो दे एज आ स्पॉन्सर वास्ते मैं इन्होंने यही कहा कि अज तक जिन्या भी चीज़ों के मैं गई हाँ ਵਿਆਹ ਤੋਂ ਪਹਿਲਾਂ ਤਾਂ ਮੈਂ ਕਿਤੇ ਗਈ ਨਹੀਂ ਵਿਆਹ ਤੋਂ ਬਾਅਦ ਹੀ ਕਿਤੇ ਗਈ ਹਾਂ ਰਾਈਟ ਔਰ ਮੇਰੇ ਹਸਬੈਂਡ ਦੇ ਕੋਲੋਂ ਮੈਂ ਆਲਵੇਜ਼ ਇੱਕ ਚੀਜ਼ ਸਿੱਖੀ ਹੈ ਕਿ ਮਤਲਬ ਜਦੋਂ ਵੀ ਜਾਣਾ ਐਜ ਆ ਫਰੰਟ 'ਤੇ ਜਾਣਾ ਔਰ ਸਭ ਤੋਂ ਅੱਗੇ ਜਾਣਾ ਪਿੱਛੇ ਨਹੀਂ ਜਾਣਾ ਉਹ ਅੱਗੇ ਜਾਣਾ ਸਿੱਖਿਆ ਅਤੇ ਸਪੋਂਸਰ ਦੇ ਮਾਮਲੇ ਦੇ ਵਿੱਚ ਵੀ ਮੇਰੀ ਇਹੀਓ ਹੈ ਕਿ ਜਿਹੜੀ ਸਭ ਤੋਂ ਮੇਨ ਸਪੋਂਸਰ ਆ ਮੈਂ ਉਹਦੇ ਵਿੱਚ ਹੀ ਆਉਣਾ ਮੈਂ ਸਭ ਤੋਂ ਸਮਾਲ ਸਪੋਂਸਰ ਦੇ ਵਿੱਚ ਨਹੀਂ ਜਾਣਾ ਕਿਉਂਕਿ ਮੇਨ ਸਪੋਂਸਰ ਦੇ ਵਿੱਚ ਆਉਣ ਦਾ ਫਾਇਦਾ ਸਭ ਤੋਂ ਵੱਡਾ ਹੈ ਕਿ ਤੁਸੀਂ ਸਭ ਤੋਂ ਫਰੰਟ 'ਤੇ ਪ੍ਰਮੋਟ ਹੁੰਦੇ ਹੋ ਅਤੇ ਤੁਹਾਡੀ ਦੇਖਣ ਵਾਲਿਆਂ ਦੇ ਵਿੱਚ ਵੀ ਜਾਂ ਕਹਿ ਲਓ ਐਜ਼ ਆ ਪਬਲਿਸਿਟੀ ਵਾਈਜ਼ ਵੀ ਤੁਸੀਂ ਹਮੇਸ਼ਾ ਟੌਪ 'ਤੇ ਆਉਂਦੇ ਹੋ ਜੀ ਔਰ ਉਹਦੇ ਨੈਚੁਰਲੀ ਤੁਹਾਨੂੰ ਫਿਊਚਰ ਦੇ ਵਿੱਚ ਬੈਨੀਫਿਟਸ ਵੀ ਮਿਲਦੇ ਆ ਜੀ ਬਿਲਕੁਲ ਅਤੇ ਸੋਰੀ ਸਾਹਿਬ ਹੁਣ ਤੱਕ ਕਿਹੜੇ ਕਿਹੜੇ ਕਲਾਕਾਰਾਂ ਨੂੰ ਵਾਹ ਵਾਸਤਾ ਪੈ ਚੁੱਕਾ ਜੀ ਸ਼ੁਰੂਆਤ ਕਰੀਏ ਦਲਜੀਤ ਦਸਾਂਝ ਤੋਂ ਜੀ ਅਤੇ ਬੜਾ ਪਿਆਰਾ ਨਾਮ ਉਸ ਤੋਂ ਬਾਅਦ ਅਸੀਂ ਹਿੰਦੀ ਬਹੁਤ ਸਾਰੇ ਆਰਟਿਸਟਾਂ ਨਾਲ ਕੰਮ ਕੀਤਾ ਤਕਰੀਬਨ ਨਾਮ ਲੈਣੇ ਸ਼ੁਰੂ ਕਰਾਂਗੇ ਤੇ ਮੇ ਬੀ 2 ਘੰਟੇ ਲੱਗ ਜਾਣਗੇ ਹਾਂ ਨਹੀਂ ਪੰਜਾਬੀ ਵਾਲੇ ਸਾਰੇ ਤਕਰੀਬਨ ਅਮਰਿੰਦਰ ਗਿੱਲ ਹੁਣਾਂ ਨਾਲ ਕੀਤਾ ਜੇ ਅਸੀਂ ਕੰਮ ਅਮਰਿੰਦਰ ਗਿੱਲ ਹੈਪੀ ਰਾਏ ਕੋਟੀ ਕੁਲਵਿੰਦਰ ਬਿੱਲੇ ਨਾਲ ਗੁਰਦਾਸ ਮਾਨ ਸਾਹਿਬ ਨਾਲ ਕੀਤਾ ਕੰਮ ਪਰ ਅੱਜ ਕੱਲ੍ਹ ਪਤਾ ਨਹੀਂ ਲੋਕੀ ਉਹਨਾਂ ਨੂੰ ਕਿਉਂ ਨਹੀਂ ਪਿਆਰ ਕਰਦੇ ਮੇਨ ਪੋਲਿਟਿਕਸ ਹੈ ਜਾਂ ਕੀ ਹੈ ਸਾਨੂੰ ਨਹੀਂ ਪਤਾ ਸਾਡੇ ਲਈ ਤਾਂ ਹਰ ਕਲਾਕਾਰ ਰੱਬ ਨੂੰ ਹੈ ਜੀ ਅਸੀਂ ਹਰ ਕਲਾਕਾਰ ਨੂੰ ਰੱਬ ਮੰਨਦੇ ਹਾਂ ਹਿੰਦੀ ਸ਼ੋਅ ਵੀ ਤੁਸੀਂ ਕਾਫੀ ਕਰਾਏ ਬਹੁਤ ਸਾਰੇ ਕਰਾਏ ਜੀ ਹਿੰਦੀ ਸ਼ੋਅ ਕਾਫੀ ਕਰਾਏ ਜੀ ਇਹਦੇ ਵਿੱਚ ਅਸੀਂ ਪੰਜਾਬੀ ਸ਼ੋਅ ਦੇ ਵਿੱਚ ਅਸੀਂ ਆਪਣਾ ਪ੍ਰੀਤ ਹਰਪਾਲ ਦਾ ਸ਼ੇਰਾ ਜਸਵੀਰ ਹੋਣਾ ਦਾ ਜੀ ਉਹਨਾਂ ਦਾ ਵੀ ਅਸੀਂ ਸ਼ੋਅ ਕਰਾਇਆ ਸੀਗਾ ਜੈਜ਼ੀ ਬੀ ਹੋਣਾ ਦਾ ਸ਼ੋਅ ਅਸੀਂ ਅਨਾਊਂਸ ਕੀਤਾ ਸੀ ਕਿਸੇ ਵਜ੍ਹਾ ਕਰਕੇ ਗਲਿਚ ਆਣ ਕਰਕੇ ਉਹਨਾਂ ਨੂੰ ਜਲਦੀ ਵਾਪਸ ਜਾਣਾ ਪੈ ਗਿਆ ਉਹ ਜਦੋਂ ਹੁਣ ਅਗਲੀ ਵਾਰੀ ਆਉਣਗੇ ਜ਼ਰੂਰ ਕਰਾਵਾਂਗੇ ਉਹਨਾਂ ਦੇ ਸ਼ੋਅ ਵੀ ਅਸੀਂ ਜੀ ਅਤੇ ਅਸੀਂ ਹੁਣ ਜਸ ਪੰਜਾਬੀ ਨੇ ਵੀ ਨਾਲ ਆਪਾਂ ਚਲੋ ਇਕੱਠੇ ਇੱਕ ਟੀਮ ਦੇ ਤੌਰ 'ਤੇ ਕੰਮ ਕਰ ਰਹੇ ਹਾਂ ਉਮੀਦ ਆ ਵੀ ਆਉਣ ਵਾਲੇ ਲੰਬਾ ਸਮਾਂ ਅਸੀਂ ਕੰਮ ਇਕੱਠੇ ਕਰਾਂਗੇ ਅਤੇ ਆਉਣ ਵਾਲੇ ਕੋਈ ਪ੍ਰੋਜੈਕਟ ਤੁਹਾਡੇ ਹੋਣ ਪਾਈਪਲਾਈਨ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਬਿਲਕੁਲ ਜੀ ਪਹਿਲਾਂ ਤਾਂ ਮੈਂ ਆਪਣੇ ਸ਼ੋਅ ਨੂੰ ਰਿਲੇਟਿਡ ਤੋਂ ਪਹਿਲਾਂ ਮੈਂ ਤਾਂ ਇਹ ਕਰੂੰਗਾ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਸ ਪੰਜਾਬੀ ਟੀਵੀ ਵਾਲਿਆਂ ਦਾ ਪੈਨੀ ਸੰਧੂ ਜੀ ਦਾ ਜਗਤਾਰ ਜੱਗੀ ਹੋਣਾ ਦਾ ਅਤੇ ਪੂਰੀ ਵਰਲਡ ਵਾਈਡ ਟੀਮ ਦਾ ਜਸ ਪੰਜਾਬੀ ਦਾ ਜਿਹੜੀ ਕਿ ਬਹੁਤ ਹੀ ਮਿਹਨਤੀ ਔਰ ਪੂਰੇ ਨੰਬਰ 1 ਦੀ ਟੀਮ ਹੈ ਨੰਬਰ 1 ਦਾ ਚੈਨਲ ਹੈ ਇਹ ਟੀਮ ਤੋਂ ਬਗੈਰ ਕੁਛ ਨਹੀਂ ਹੈ ਟੀਮ ਤੋਂ ਬਗੈਰ ਅਸੀਂ ਜ਼ੀਰੋ ਹਾਂ ਮੈਨੂੰ
याद है कि असी पंजाबी चैनल घर के द्वार तो ऑन कराए, पहले कराए थे कोई देखता नहीं, फिर असी दो वीक पहले ऑन कराए, तो टाइम नहीं, बच्चे देखते दे नहीं, कोई नहीं बच्चे नहीं देखते करके तो असी द्वार तो ऑन कराया जी जदों, तो मैं बड़ा ही अंदरों थैंकफुल अपने आप का कि जो असी जस्ट पंजाबी एच डी टीवी देखिया जी, इन्नी कलैरिटी आई सवर वाहगुरु की सौ लगे, इदा की कलैरिटी ना तो जी टीवी की है, ना स्टार टीवी की है, ना ही किसी होर हिंदी टीवी की है। हाँ जी, चलो सारे टीवी का आपको अपना काम है, पर जस पंजाबी की असं कोशिश जी सा पैनी जी की शुरू तो ही यह है, कल सिंगल ओनर ने शुरू तो, और चार चैनल ने डिश के उपर, बहुत वही गल है, और उन्होंने क्वालिटी के नाल कदे नहीं समझौता किया, सठ पैंठ बंद टाइम इंडिया के हैगी अस टीम, तो उन्होंने क्वालिटी तो क्ले जी है क्रिएटिविटी सारी। उस तो बाद जी मैं सारे दर्शकों एक दूसरी चीज़ कहना, 16 अक्टूबर में शो होने जा रहा जी जस्ट पंजाबी मिस एंड मिसिज मिस पंजाबन शो हो रहा है एल ए दे विच, जो कि जस्ट पंजाबी दे नाल किमी वर्मा पंजाबी एक्ट्रेस है साड़ी, वो कर रहे हैं 16 अक्टूबर न फैशन शो उत्थे, जिहदे नाल मैं भी अंदरों अटैच, बिल्कुल जी तुहाडा भी सहयोग पूरा सारा सारे दा। हाँ जी चलो, नहीं जी मेरा सहयोग जिन्ना भी होएगा जी, वध तो वध मैं मे बी शायद तुहानूं कल एक होर चैक दिया लिया के, मैनूं मेरे सज्जन फ्रिजनों तो फोन आया सी उन्हां दा, वो कहिंदे जी मैं तुहानूं मिस एंड मिसिज पंजाबन दे विच वी स्पोंसरशिप दा चैक देणा। वाह जी वाह, चलो बड़ी चंगी। ते मैनूं जी उस तो बाद साडे पाइपलाइन दे विच असीं जी ट्रेड फेयर दी साडा ऑलरेडी बुकिंग हो गई है, असी ट्रेड फेयर कर रहे हैं 2022 अप्रैल दे विच लोंग बीच एल ए दे विच। अच्छा जी, वो साडा बड़ा वड्डा ट्रेड फेयर है जी, सिर्फ कुछ चीज़ों के है कि गवर्नमेंट दियाँ इंडियन गवर्नमेंट दियाँ अप्रूवल्स चाहिए ने, माइट भी सानू ऑल बड़ी जल्दी मिल जाएगा क्योंकि बहुत सारे साढ़े ना कांग्रेसमैन अटैच ने एल ए तो या होर कई स्टेटा तो जी, दैट इज़ अ बिग प्रोजेक्ट फॉर अस, तो असं उतों एक बिजनेस इवेंट लिया रहे हैं जिसे तकरीबन 200 तो लैके 350 इंडियन बिजनेसमैन इतने ट्रेड फेयर चाहे उन्होंने बूथ लगन के बकायदा। अच्छा जी, वो असं बड़ी जल्दी वो प्रोजेक्ट सिर्फ पास होने देर है असं उन्होंने अनाउंस करा, वो सा एक शो हो रहा जी, बस जस्ट असी हॉल की वेट कर रहे हैं, साड़ा शो आ रहा जी गुरु रंधावा ते कनिका कपूर 26 मार्च एल ए दे विच असी कर रहे हैं जी शो, असी जस्ट वेट कर रहे हैं कॉन्ट्रैक्टर की वेन्यू के कॉन्ट्रैक्ट की, क्योंकि उत्थे थोड़ा जहा इस वेले डेल्टा काफ़ी चल रहा एल ए दे विच, डेल्टा होने के कारण शो के जोड़े मैनेजर जड़िया इन दे हॉल के मैनेजर ने वो फेस टू फेस नहीं मिल रहे, वो सारी गल ईमेल के राही कर रहे हैं, बट बड़ी जल्दी असं गुरु रंधावा बड़ी जल्दी अनाउंस कर रहे जी गुरु रंधावा कनिका कपूर, तो उस तो बाद साडा जिहड़ा असीं पंजाबी शो लिया रहे हैं मिट्टी दे बाबे का की नाम से मुंडे का रंजीत बाबा आ रहे जी विसाखी के अजय तुहाडे जिन्ना हैगा साढ़े को उन्ना तुहाडे शेयर कर रहे हैं, इस शायद असी पूरे अमेरिका का टूर करिए रंजीत बाबे का, बट फ्रिजनो का शो ते बेरिए दा शो ते एल ए दा शो, तीन शो 777 एंटरटेनमेंट करेगी रंजीत बावे दे विसाखी दे उत्ते। वाह जी वाह। अच्छा एक तुसी ज्यादातर शो जिहड़े ते दूर दूर कराउंदे हो घरे रहना पसंद नहीं तुहानू जिन्ने च इहदा भी एक राज है जी, मैं बड़ी जल्दी इह भी तुहानू हुणे शेयर करांगा कि तुहाडे नाल साडा इक कह लो कि मैं जिन्ना भी गल करदा मैं इत्थों करदा मैं इत्थों नहीं करदा, इहदे नाल साडा एक राज है जी, एक तां देखो कि तुसी जदों दूर शो कराउंदे हो तुहाडे नाल नवें लोग जुड़दे आ जी, नवी दुनिया ना जुड़ के तुहानू वध एक्सपीरियंस मिलता है, ये मेरा मतलब शुरू तो कह लो कि मैं ऑलमोस्ट 64 कंट्रियां ट्रैवल कीतियां अज तक जिंदगी दे विच 64 कंट्रियां, से मैं वख-वख कंट्रियां दा जिद्दां सुभाव लैंदा सी हुण अमेरिका च सैट हो गए हाँ, अज बच्चियां वाले हो गए हैं, तीन बेटे हैं जी मेरे, तो बच्चे हुण इत्थे पढ़दे सारा कुछ उन्हां अगों बिजनेस इत्थे सैट होणे आ जी, सो ये शो कराउण दा वक्रे वक्रे शहर च यही है कि नवें लोगों नाल जुड़ना नवी दुनिया नाल विचरना नवा एक्सपीरियंस शेयर करना जी, ये कारण है। तो मोनिका जी अखीर दे विच की कहना चाहुंदे साडे दर्शकां नूं पूरी दुनिया दे विच, एक तां वो दर्शक ने जिहड़े अपने शो ते आउणगे देखण, ठीक है जी, दूजी वो आ पूरी दुनिया च पंजाबी बैठे देख रहे हैं, आस्ट्रेलिया न्यूजीलैंड दे विच भी आपां नूं देखदे ने सारे, इंग्लैंड दे विच भी इंडिया दे विच भी थोड़ा जिहा पोर्शन हैगा, तो की सुनेहा देना चाहुंदे? हाँ जी, मैं सारिआं नूं यही सुनेहा देना चाहूँगी कि हुण जिन्ने भी शोज़ वगैरह आ रहे ने पहले तो सारे जाने उन्हां दा वेलकम करन और उन्हां नूं जाके सपोर्ट करन और उन्हां दे नाल मिल के उस चीज़ का पूरा सहयोग देन, क्योंकि विदाउट पब्लिक और विदाउट स्पॉन्सर्स विदाउट किसी चीज़ तो भी ये चीज़ा पॉसीबल नहीं हैगियां, और उस तो भी ज़्यादा जरूरी हैगा कि मेरा मेन मकसद इस टाइम ये है कि जो चीज़ा लास्ट ईयर दिया असी ड्यू टू करोना देखिया और सब तो पहला हर बंदा वैक्सीनेट जेड़ा नहीं होया वो होने की कोशिश ना करे बल्कि होवे,
क्योंकि वैक्सीनेशन लेना बहुत ज़्यादा जरूरी है और अगर असी वैक्सीनेट होया होंगे तो जिन्हें भी लोग साढ़े आले दुआले क्योंकि बेशक साढ़े को ट्रैवल करने वास्ते साढ़े सर्टिफिकेट्स बन चुके हैं लेकिन सब तो जरूरी ये चीज़ है कि सामने वाले नू नहीं पता कि तुसी वैक्सीन हैगे हो या नहीं हैगे और मेरा यही है कि सारे जाने एक तो वैक्सीन जरूर लो और वैक्सीनेट हो के ही किसी जगह पर जाने की ट्राई करो और उस तो पहला प्लीज़ थोड़ा जा अगर तुसी सोच रहे हो कि नहीं ये बहुत ज़्यादा जरूरी हैगी है जी क्योंकि वैक्सीन होना अपने आप ले भी अच्छा है और आले दुआले वाले लोगों वास्ते भी चंगा हैगा ते प्लस यही चीज़ कहना चाहूँगी कि सारे मिलके असी इस चीज़ नू कह लो कि कवर करिए और वैक्सीनेट होने दे नाल असी सारे जाने एक इस कह लो कि कोविड वर्गी एक प्रॉब्लम तो हमेशा वास्ते दूर हो जाएंगे जी और दुनियादारी फिर दोबारा तो उस तरह ही शुरू हो जाएगी और उस तरह ही चलूगी जड़िया दुनिया कह लो एक मेला हैगा आप उस मेले ते आए हुए हैं और उस मेले का इंजॉय तभी कर सकांगे अगर आले दुआले केयर करांगे साफ सफाई रखांगे और एक दूसरे का मिलके सहयोग करांगे दैट इज द माई मैसेज वी ऑल टुगेदर वी ऑल स्टे टुगेदर एंड स्टे सेफ जी बहुत मेहरबानी मोनिका सोढ़ी जी अड़ी सोढ़ी साहब तुसी आए और शो तो पहला असी एक बार फिर जरूर दर्शन मेले कराएं गलबात करांगे जिहड़े घरां विच साडे दर्शक बैठे ने उन्हां नूं भी दस दईए 30 अक्तूबर नूं जिहड़ा टावर थिएटर फिजनल विच शो हो रहा उहदी अज्ज गलबात चल रही सी मोनिका सोढ़ी जी ते डी सोढ़ी साहब नाल ते तुसीं कोई ईमेल करनी चाहुंदे हो इहनां दा नंबर चाहीदा तुहानूं फोन करना चाहुंदे हो संपर्क करना चाहुंदे हो तो मेरा ईमेल आई डी जिहड़ी है jaggi@justbroadcasting.com जां फिर info@justbroadcasting.com इस तों इलावा फेसबुक ट्विटर वट्सअप नंबर मेरा सैल नंबर 209-450-33 पर कितें भी संपर्क कर सकते हो अखीर दे विच घरां विच बैठे दर्शकों का बहुत बहुत धन्यवाद ते नाल दी नाल सोढ़ी साहब ते मोनिका सोढ़ी जी तुहाडा बहुत बहुत धन्यवाद सानू प्यार भरी सत श्री अकाल जी बहुत मेहरबानी।